ਪੰਤਾ ਪ੍ਰੇਮ ਨ ਜਾਣੇ ਉਦੇ ਫਿਰੈ ਗਵਾਰ ਨਾਨਕ ਹਰ ਬਿਸਰਾਏ ਕੌਣ
ਕਛ ਸੰਗੀ ਨਹੀਂ। ਨਾਨਕ ਸਾਚੇ ਜਾਣਾ ਪਤਿਤ ਉਧਾਰਨ ਪਹਿਰਨ ਨਾਥ ਕੇ ਨਾਥ ਤਾਂ ਨਾਨਕ ਤੇ ਜਾਣੀਐ ਬਿਨਾਰ ਭਜਨ ਤਾਏ ਜਮ ਬੰਦਾ
ਜਤਨ ਬਹੁਤ ਸੁਖ ਕੇ ਕੀਏ ਕਿਓ ਨ ਕੋਇ ਕਹੁ ਨਾਨਕ ਸੁਨ ਰੇ ਮਨਾ ਆਵੈ ਸੋਇ ਜਗਤ ਭਿਖਾਰੀ ਫਿਰਤ ਹੈ ਕਹੁ ਨਾਨਕ ਮਨ ਸਿਮਰਤੈ ਹੋਵੈ ਕਾਮ ਝੂਠੈ ਮਾਨ ਕਹਾਂ ਕਰੈ ਸੁਪਨੇ ਜਿਉ ਜਾਨਾ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਕਾਨ ਗਰਬ ਕਰਤ ਹੈ ਦੇਹ ਕੋ ਪ੍ਰਾਨੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ ਜੇ ਘਟ ਸਿਮਰਨ ਰਾਮ ਕੋ ਨਰ ਮੁਕਤਾ ਜਾਨਾ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਏ ਤਨ ਸਵਾਮੀ ਕੋ ਗ੍ਰਹਿ ਜਿਉ ਸਦਾ ਤਜਤ ਨਹੀਂ ਨਿਤਾ ਨਾਨਕ ਵਿਦ ਹਰ ਭਜੋ ਮਨ ਹੋਏ ਇਕ ਚਿਤ ਤੀਰਥ ਵਰਤ ਅਰਦਾਨ ਕਰ ਨਾਨਕ ਨੇ ਫੁੱਲ ਜਾਤ ਤੇ ਚਰ ਇਸ਼ਨਾਨ ਸਿਰ ਕੰਮ ਪਿਓ ਪਗ ਡਗ ਮਗੈ ਜੋਤ ਤੇ ਕਹੁ ਨਾਨਕ ਬਿਦ ਪਈ ਨਾਰ ਰਸਲੀਨਾ ਨਿਜ ਕਰ ਦੇਖਿਓ ਜਗਤ ਮੈਂ ਨਾਨਕ ਥਿਰ ਹਰ ਭਗਤ ਹੈ ਰਾਖੋ ਮਨ ਮਾਏ ਜਗ ਰਚਨਾ ਸਭ ਝੂਠ ਹੈ ਕਹਿ ਨਾਨਕ ਥਿਰ ਨਾਰ ਹੈ ਬਾਲੋ ਕੇ ਪੀਤਾ ਰਾਮ ਗਇਓ ਰਾਵਣ ਗਇਓ ਨਾਨਕ ਸਭ ਕਿਛ ਤੁਮਰੇ ਹਾਥ ਮੈਂ ਸੰਗ ਸਖਾ ਸਭ ਤਜ ਗਏ ਕਹੁ ਨਾਨਕ ਇਹ ਬਿਪਤ ਮੈਂ ਰਘੁਨਾਥ ਨਾਮ ਰਹਿਓ ਸਾਧੂ ਰਹਿਓ ਕਹੁ ਨਾਨਕ ਇਹ ਜਗਤ ਮੈਂ ਜਪਿਓ ਗੁਰਮੰਤਾ ਰਾਮ ਨਾਮ ਔਰ ਮੈਂ ਗਇਓ ਸਮਨ ਕੋਇ ਜੇ ਸਿਮਰਤ ਸੰਕਟ ਮਿਟੈ ਸਤੁਆਰੋ ਹੋਇ
ਜਹ ਸਿਮਰਤ ਸੰਕਟ ਮਿਟੈ ਤੁਹਾਰੋ ਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਕਾ ਸਭ ਸਦਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਕਾ ਹੋਏ ਉਦਾਰੋ ਇਹ ਹੈ ਵਸਤ ਤਜੀ ਨ ਜਾਏ ਤੰਦਤ ਰੱਖ ਉਰਤਾਰੋ ਤਮ ਸੰਸਾਰ ਚਰਨ ਲਗ ਤਰੀਐ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀਂ ਮੈਨੋ ਜੋਗ ਕਿਤੋਏ ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ ਆਪੇ ਤਰਸ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣਾ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਤੀਵੈ ਹਰਿਆ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣਾ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਮਨ ਥੀਵੈ ਹਰਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ ਰਾਗ ਏਕ ਸੰਗ ਪੰਚ ਬਰੰਗਨ ਸੰਗ ਆਲਾਪੈ ਆਠੋ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗ ਨੇ ਸੰਗ ਉਚਰਹੀ ਪ੍ਰਥਮ ਪੈਰ ਵੀ ਬੇਲਾਵਲੀ ਪੁੰਨਿਆ ਕੀ ਗਾਵੈ ਵੰਗਲੀ ਪੁੰਨ ਅਸਲੇਖੀ ਕੀ ਪਈ ਵਾਰੀ ਇਹ ਪੈਰੋ ਕੀ ਪੰਚੋ ਨਾਰੀ ਪੰਚਮ ਹਰਖ ਦਿਸਾਖ ਸੁਣਾਵੈ ਬੰਗਾਲਮ ਮਦ ਮਾਧਵ ਗਾਵੈ ਲਲਿਤ ਬਿਲਾਵਲ ਗਾਵਹੀ ਆਪਣੀ ਆਪਣੀ ਪਾਤ ਅਸ਼ਟ ਪੁੱਤਰ ਭੈਰਵ ਕੇ ਗਾਵੈ ਗਾਇਨ ਪਾਤਰ ਦੁਤੀਆ ਮਾਲਕੋ ਸਕ ਅਲਪ ਹੈ ਸੰਗ ਰਾਗਨੀ ਪੰਚੋ ਥਾਪ ਗੌਂਡ ਕਰੀ ਹਰਦੇਵ ਗੰਦਾਰੀ ਗੰਦਾਰੀ ਸੀ ਉਤੇ ਉਚਾਰੀ ਤਨਾਸਰੀ ਏ ਪੰਚੋ ਗਾਈ ਮਾਲ ਰਾਗ ਕੋ ਸਤ ਸੰਗ ਲਾਹੀ ਮਾਰੂ ਮਸਤ ਅੰਗ ਮੇ ਵਾਰਾ ਪਰਵਲ ਚੰਡ ਕੋ ਸਕ ਉਭਾਰਾ ਖੋ ਖਟ ਓ ਪੌਰਾ ਨਦ ਗਾਏ ਅਸ਼ਟ ਮਾਲ ਕੋ ਸਖ ਸੰਗ ਲਾਏ ਬੈਰਾ ਤਰ ਗਜ ਧਰ ਕੇ ਦਾਰਾ ਜਵਲੀ ਧਰ ਨਟ ਓ ਜਲ ਤਾਰਾ ਪੁੰਨ ਗਾਵੈ ਸੰਕਰ ਓ ਸਿਮਾ ਮੇਘ ਰਾਗ ਪੁੱਤਰਨ ਕੇ ਨਾਮਾ
ਖਸਟ ਰਾਗ ਉਨ ਗਾਏ ਸੰਗ ਰਾਗ ਨੀਤੀ ਸਭੈ ਪੁੱਤਰ ਰਾਗਨ ਕੇ ਅਠਾਰਹ ਦਸ ਬੀਸ ਖਸਟ ਰਾਗ ਉਨ ਗਾਏ ਸੰਗ ਰਾਗ ਨੀਤੀਸ ਸਭੈ ਪੁੱਤਰ ਰਾਗਨ ਕੇ ਅਠਾਰਹ ਦਸ ਬੀਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਹਮਾਰੇ ਜਿਉ ਪਿੰਡ ਸਾਹਿਬ ਤੇਰਾ ਵਾਹਿਗੁਰੂ ਨਾਨਕ ਸਭ ਤੇਰੀ ਵਡਿਆਏ ਕੋਈ ਨਾਉ ਨ ਜਾਣ ਮੇਰਾ ਵਾਹਿਗੁਰੂ ਨਾਨਕ ਸਭ ਤੇਰੀ ਵਡਿਆਏ ਕੋਈ ਨਾਉ ਨ ਜਾਣ ਮੇਰਾ ਵਾਹਿਗੁਰੂ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਅਰਦਾਸ ਓਮਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਅੰਗਦ ਤੇ ਗੁਰੇ ਅਮਰਦਾਸ ਰਾਮਦਾਸਾ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਬਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀ ਹੈ ਕਰ ਨਾਉ ਨਿਧਿ ਆਵੈ ਧਾਈ ਸਭ ਥਾਈ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਿੱਟਿਆਂ ਵਾਜਾਂ ਵਾਲੇ ਅੰਮ੍ਰਿਤ ਕੇ ਦਾਤੇ ਪੁੱਤਰਾਂ ਦੇ ਦਾਨੀ ਸਭ ਥਾਈ ਹੋਣਾ ਜੀ ਸਹਾਇ ਦਸੋ ਪਾਤਸ਼ਾਹੀਓ ਕੇ ਆਤਮਕ ਸਰੂਪ ਜੁਗੋ ਜੁਗ ਅਟਲ ਚੌਰ ਤਖ ਦੇ ਮਾਲਕ ਗੱਦੀ ਤੇ ਵਿਰਾਜਮਾਨ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਗੁਰੂ ਜੀ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਕੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਆਪ ਜੀ ਦਾ ਪਵਿੱਤਰ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰ ਹੇਠ ਸੀਸ ਦਿੱਤੇ ਬੰਦ ਬੰਦ ਕਟਵਾਏ ਉੱਠੀਆਂ ਖੱਲਾਂ ਉਤਰਵਾਈਆਂ ਮੀਰ ਮੰਨੂ ਦੀ ਜੇਲ ਦੇ ਵਕਤ ਸਵਾ ਸਵਾ ਮਣ ਦਾ ਪੀਸਣਾ ਪੀਸਿਆ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ ਮੁੱਖੋਂ ਸੀ ਨੀ ਉਚਾਰੀ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਸਿੰਘਾਂ ਸਿੰਘਣੀਆਂ ਝੰਡੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਸਰਬੱਤ ਗੁਰਦੁਆਰਿਆਂ
ਸਾਹ ਦਾਨ, ਭਰੋਸਾ ਦਾਨ, ਦਾਨ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਗੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲਣਾ ਜੀ, ਬੋਲਣਾ ਜੀ, ਦਾਤਾ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ, ਮਤ ਉੱਚੀ, ਮਤ ਪਤ ਦੇ ਰਾਖੇ, ਆਪ ਅਕਾਲ ਪੁਰਖ ਵਾਹਿਗੁਰੂ ਜੀਓ, ਗੁਰਦੁਆਰਾ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਓਟਿਆਂ ਦੀ ਓਟ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਓ, ਧੰਨ ਧੰਨ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਓ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀਓ, ਜੁਗੋ ਜੁਗ ਅਟਲ ਚੌਰ ਤਖਤ ਦੇ ਮਾਲਕ, ਗੱਦੀ ਤੇ ਵਿਰਾਜਮਾਨ ਦਸੋਂ ਪਾਤਸ਼ਾਹੀਓ ਕੇ ਆਤਮਕ ਸਰੂਪ, ਹਾਜ਼ਰਾ ਹਜ਼ੂਰ ਸਤਿਗੁਰੂ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ, ਆਪ ਜੀ ਦਾ ਕੋਟਨ ਕੋਟਾਨ ਧੰਨਵਾਦ ਹੈ, ਸ਼ੁਕਰਾਨਾ ਹੈ, ਆਪ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ। ਆਪ ਜੀ ਦੀ ਸਰਪ੍ਰਸਤੀ ਹੇਠ ਹਫ਼ਤਾਵਾਰੀ ਵਿਸ਼ੇਸ਼ ਦੀਵਾਨ ਸਜਾਏ ਜਾ ਰਹੇ ਹਨ, ਜਿਸ ਵਿੱਚ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਆਗਮਨ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਤੀਸਰੇ ਨਗਰ ਕੀਰਤਨ ਦੀਆਂ ਖੁਸ਼ੀਆਂ ਦੇ ਵਿੱਚ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ, ਸਮੁੱਚੀਆਂ ਸੰਗਤਾਂ ਵੱਲੋਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਜੀ ਦੇ ਪਰਸੋਂ ਰੋਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ। ਆਪ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ। ਬਾਣੀ ਆਦਿ ਤੋਂ ਮੱਧ ਤੋਂ ਅੰਤ ਤੱਕ ਨਿਰਵਿਘਨਤਾ ਸਹਿਤ ਸੰਪੂਰਨਤਾ ਹੋਈ ਭੋਗ ਪਾਏ ਗਏ ਹਨ। ਆਪ ਜੀ ਦੇ ਪਾਠੀ ਸਿੰਘਾਂ ਕੋਲੋਂ ਆਪ ਜੀ ਦੀ ਬਾਣੀ ਪੜ੍ਹਦਿਆਂ, ਆਪ ਜੀ ਦੀ ਤਾਬਿਆ ਵਿੱਚ ਬਹਿੰਦਿਆਂ ਉੱਠਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਿਸ਼ ਕਰਨੀ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦਾ ਉਦਮ, ਪਿਆਰ ਬਖਸ਼ਿਸ਼ ਕਰਨਾ, ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਲਾਉਣਾ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦੁੱਖਾਂ ਕਲੇਸ਼ਾਂ ਦਾ ਨਾਸ਼ ਕਰਨਾ, ਸੁੱਖਾਂ ਦਾ ਪ੍ਰਵੇਸ਼ ਕਰਨਾ, ਸਰੀਰਕ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਦਿਨ ਦੁੱਗਣੀ
ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨੇ, ਸਰਬੱਤ ਦੇ ਕਾਰਜ ਰਾਸ ਕਰਨੇ, ਸਰਬੱਤ ਦਾ ਭਲਾ ਕਰਨਾ, ਦਰੋਂ ਘਰੋਂ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ। ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਗੁਰਮੁਖ ਪਰਿਵਾਰ ਸਰਦਾਰ ਸਾਹਿਬ ਸਰਦਾਰ ਸ਼ੰਗਾਰਾ ਸਿੰਘ ਜੀ ਰਲ ਅਤੇ ਸਤਿਕਾਰਯੋਗ ਬੀਬੀ ਪੁਸ਼ਪਾ ਰਲ ਤਥਾ ਸਮੁੱਚੇ ਰਲ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ। ਦਾਤਾ ਜੀ, ਆਪ ਜੀ ਨੇ ਕਿਰਪਾ ਕਰਨੀ, ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨੀ, ਦੁੱਖਾਂ ਕਲੇਸਾਂ ਦਾ ਨਾਸ਼ ਕਰਨਾ, ਸੁੱਖਾਂ ਦਾ ਪ੍ਰਵੇਸ਼ ਕਰਨਾ, ਦਰੋਂ ਘਰੋਂ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ। ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਗੁਰਮੁਖ ਪਰਿਵਾਰ ਸ਼੍ਰੀ ਰਾਮ ਸੇਵਕ ਭਾਟੀਆ ਜੀ ਅਤੇ ਸਤਿਕਾਰਯੋਗ ਬੀਬੀ ਸੰਧਿਆ ਭਾਟੀਆ ਜੀ ਤਥਾ ਸਮੂਹ ਭਾਟੀਆ ਪਰਿਵਾਰ ਵੱਲੋਂ ਵੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨੀ, ਦਰੋਂ ਘਰੋਂ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ। ਸਰਦਾਰ ਜਸਵੀਰ ਸਿੰਘ ਜੀ ਢਿੱਲੋਂ ਅਤੇ ਸਤਿਕਾਰਯੋਗ ਬੀਬੀ ਸੁਖਵਿੰਦਰ ਕੌਰ ਜੀ ਢਿੱਲੋਂ ਤਿੰਨਾਂ ਵੱਲੋਂ ਆਪਣੇ ਬੇਟੇ ਸੁਖਜੋਤ ਸਿੰਘ ਜੀ ਅਤੇ ਸਰਦਾਰ ਰਣਜੀਤ ਸਿੰਘ ਜੀ ਦੀ ਯਾਦ ਵਿੱਚ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ। ਆਪ ਜੀ ਨੇ ਕਿਰਪਾ ਕਰਨੀ, ਵਿਛੜੀਆਂ ਰੂਹਾਂ ਨੂੰ ਹਮੇਸ਼ਾ ਦੀ ਤਰ੍ਹਾਂ ਆਪਣੇ ਪਵਿੱਤਰ ਚਰਨਾਂ ਦੇ ਨਾਲ ਜੋੜ ਕੇ ਰੱਖਣਾ, ਪਿੱਛੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ, ਦਰੋਂ ਘਰੋਂ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ। ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਗੁਰਮੁਖ ਪਰਿਵਾਰ ਸਰਦਾਰ ਪੂਰਨ ਸਿੰਘ ਜੀ ਅਤੇ ਸਤਿਕਾਰਯੋਗ ਬੀਬੀ ਕੁਲਵੰਤ ਕੌਰ ਜੀ ਵੱਲੋਂ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਤਿੰਨਾਂ ਦੀ ਸਪੁੱਤਰੀ ਬੇਟੀ ਪ੍ਰਭਲੀਨ ਕੌਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਮਿਹਰ ਕਰਨੀ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨੀ, ਦਰੋਂ ਘਰੋਂ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ। ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਸਰਦਾਰ ਜਗਮੇਲ ਸਿੰਘ ਜੀ ਡਾਕਟਰ ਸਾਹਿਬ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ। ਬਿਨ ਬੋਲਿਆ ਸਭ ਕੁਛ ਜਾਣਦਾ, ਤਿਸੇ ਆਖੇ ਕੀਚੇ ਅਰਦਾਸ ਦੇ ਮਹਾਂਵਾਕਾਂ ਅਨੁਸਾਰ ਸੇਵਕ ਦੀ ਅਰਦਾਸ ਪ੍ਰਵਾਨ ਕਰਨੀ, ਮਨ ਦੀਆਂ ਭਾਵਨਾਵਾਂ ਮਨੋਕਾਮਨਾਵਾਂ ਪੂਰੀਆਂ ਕਰਨੀਆਂ, ਦਾਤਾ ਜੀ ਸਰਬੱਤ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣਾ ਜੀ, ਸਜੇ ਹੋਏ ਦੀਵਾਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸੰਗਤਾਂ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਪਹਿਨਾਏ ਗਏ ਨੇ। ਆਪ ਜੀ ਅੰਗੀਕਾਰ ਕਰੋ, ਸੇਵਕਾਂ ਦੇ ਇੱਜ਼ਤ ਰੂਪੀ ਪਰਦੇ ਕਜਨੇ, ਦੇਸ਼ ਪ੍ਰਦੇਸ਼ ਸਹਾਇਤਾ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਦਰੋਂ ਘਰੋਂ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਸਜੇ ਹੋਏ ਦੀਵਾਨਾਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਛਕਣ ਵਾਸਤੇ, ਸੰਗਤਾਂ ਦੇ ਛਕਣ ਵਾਸਤੇ ਪਵਿੱਤਰ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ। ਆਪ ਜੀ ਦੀ ਰਸਨੀ ਲਾਇਕ ਹੋਵੇ, ਰਸਨੀ ਲਾਇਕ ਹੋਇਆ ਕੜਾ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ, ਬਖਸ਼ਿਸ਼ ਕਰੋ ਜੀ, ਕਰੋ ਕਿਰਪਾ, ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਨਿਹਾਲ ਕਰੋ ਜੀ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਜੀ, ਅਤੇ ਕੀਰਤਨ ਦਰਬਾਰ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ,
ਸਹੀ ਪਿਆਰੇ ਮਿਲਣੇ ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਪਵਿੱਤਰ ਨਾਮ ਚਿੱਤੇ ਆਵੈ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਬੋਲੇ ਸਿਰਤ ਸਦਾ ਖੁਆਰੀ ਤਾਂ ਕੋ ਧੋਖਾ ਕਹਾ ਵਿਆਪੈ ਜਾ ਕੋ ਓਟ ਤੁਹਾਰੀ ਰਹਾਉ। ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋਹਾਰੀ। ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਹਾਰੀ। ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕੋ ਕਿਰਪਾ ਧਾਰੀ। ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਹਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਦੋਂ ਆਇਆ, ਕੌਣ ਆਇਆ ਤੇ ਕਿਉਂ ਆਇਆ, ਫੁੱਲ ਸਫੇ ਦਾ ਇਤਿਹਾਸ ਦੱਸਦਾ ਏ। ਮਾਘ ਸੁਦੀ 15 ਦਾ ਚੰਨ ਸੋਹਣਾ, ਸੰਮਤ 1433 ਕੁਝ ਜੱਚਦਾ ਏ। ਕਲਸੀ ਮਾਂ ਦੀ ਗੋਦ ਦਾ ਭਾਗ ਹੈ ਸੀ, ਤਾਰਾ ਪਿਤਾ ਸੰਤੋਖ ਦੀ ਅੱਖ ਦਾ ਏ। ਜਦੋਂ ਜ਼ੁਲਮ ਤੇ ਸਿਤਮ ਦੀ ਹੱਦ ਹੋ ਜਾਏ ਉਦੋਂ ਪੈਰ ਪਰਮਾਤਮਾ ਰੱਖਦਾ ਏ।
ਜੂਹ ਵਿੱਚ ਵਸਦਾ ਹੈ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਖਾਲਸਾ ਸਰੂਪ ਪਿਆਰੀ ਸਾਧ ਸੰਗਤ ਜੀ, ਆਪਣੀ ਰਸਨਾ ਨੂੰ ਭਰੀਏ ਪਵਿੱਤਰ ਬੁਲਾਓ ਗੱਜ ਕੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਝ ਹਫ਼ਤਿਆਂ ਤੋਂ ਸਤਿਗੁਰ ਰਵਿਦਾਸ ਜੀ ਦੇ 647ਵੇਂ ਆਗਮਨ ਪ੍ਰਕਾਸ਼ ਨੂੰ ਮੁੱਖ ਰੱਖਦਿਆਂ ਗੁਰੂ ਘਰ ਵਿਖੇ ਲੜੀਵਾਰ ਸ੍ਰੀ ਅਖੰਡ ਪਾਠ ਚੱਲ ਰਹੇ ਸਨ, ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਹਨ। ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਜੋ ਵੀ ਪ੍ਰੋਗਰਾਮ ਗੁਰੂ ਘਰ ਹਨ ਉਲੀਕੇ ਜਾਂਦੇ ਹਨ, ਸੰਗਤਾਂ ਦੇ ਸਹਿਯੋਗ ਨਾਲ ਹੀ ਕੀਤੇ ਜਾਂਦੇ ਹਨ। ਸੰਗਤਾਂ ਨੇ ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ ਹੈ। ਸੋ ਸਤਿਗੁਰੂ ਰਵਿਦਾਸ ਜੀ ਦੇ 647ਵੇਂ ਆਗਮਨ ਪ੍ਰਕਾਸ਼ ਦੇ ਤੀਸਰੇ ਮਹਾਨ ਨਗਰ ਕੀਰਤਨ ਸਜਾਏ ਜਾਣ ਤੇ ਦੂਰੋਂ ਤੇ ਨੇੜੇ ਚੱਲ ਕੇ ਆਈਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਆਪ ਸਾਰੀ ਸੰਗਤ ਵਧਾਈ ਦੇ ਪਾਤਰ ਹੋ। ਸੋ ਅਗਲਾ ਜੋ ਪ੍ਰੋਗਰਾਮ ਹੈ, ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਬੜੇ ਹੀ ਸਤਿਕਾਰਯੋਗ ਭਾਈ ਗੁਰਦਿਆਲ ਸਿੰਘ ਜੀ 11 ਵਜੇ ਤੱਕ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰਨਗੇ। ਹੁਣ ਮੈਂ ਬੇਨਤੀ ਕਰਦਾ ਸਰਦਾਰ ਗੁਰਨਾਮ ਸਿੰਘ ਪੰਮਾ ਜੀ ਨੂੰ ਕਿ ਉਹ ਸੰਗਤਾਂ ਦੇ 5 ਮਿੰਟ ਵਾਸਤੇ ਰੂਬਰੂ ਹੋਣਗੇ। ਸਰਦਾਰ ਗੁਰਨਾਮ ਸਿੰਘ ਜੀ ਪੰਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤਿਅੰਤ ਖੁਸ਼ੀ ਦਾ ਦਿਵਸ ਹੈ ਅੱਜ, ਆਪਾਂ ਸਾਰੇ ਹੀ ਬਾਬਾ ਜੀ ਰਵਿਦਾਸ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਵਾਸਤੇ ਗੁਰੂ ਘਰ ਅੰਦਰ ਜੁੜ ਬੈਠੇ ਹਾਂ। ਪਿਛਲੇ ਕੁਝ ਦਿਨਾਂ ਤੋਂ ਧਾਰਮਿਕ ਸਮਾਗਮ ਚੱਲ ਰਹੇ ਹਨ। ਸਾਰੇ ਪ੍ਰਬੰਧਕ ਸੰਗਤਾਂ ਸਾਰੇ ਵਧਾਈ ਦੇ ਪਾਤਰ ਹੋ। ਅਤੇ ਇਹ ਜੋ ਸਮਾਗਮ ਹਨ, ਇਹੋ ਬੜੇ ਉਦਮ ਅਤੇ ਉਤਸ਼ਾਹ ਨਾਲ ਮਿਲਦੇ ਹਨ। ਮੈਂ ਆਪ ਜੀ ਦਾ ਧਿਆਨ ਹਿੰਦੁਸਤਾਨ ਦੀ ਧਰਤੀ 'ਤੇ ਖੜਨਾ ਚਾਹੁੰਦਾ। ਅੱਜ ਤੋਂ 55 ਸਾਲ ਜਾਂ 54 ਸਾਲ ਪਹਿਲਾਂ ਮੈਂ ਇਸ ਮੁਲਕ ਵਿੱਚ ਆਇਆ ਸੀਗਾ। ਉਸ ਵੇਲੇ ਸਾਡੇ ਪਿੰਡ ਵਿੱਚ ਬਾਬਾ ਜੀ ਰਵਿਦਾਸ ਦਾ ਨਗਰ ਕੀਰਤਨ ਅਤੇ ਇਹੋ ਪ੍ਰੋਗਰਾਮ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਸੀਗਾ ਅਤੇ ਸੰਗਤਾਂ ਵਿੱਚ ਬਹੁਤ ਪਿਆਰ ਅਤੇ ਉਤਸ਼ਾਹ ਸੀ ਅਤੇ ਗੁਰੂ ਘਰਾਂ ਵਿੱਚ ਲੰਗਰ ਚੱਲਦੇ ਸਨ। ਅਤੇ ਅੱਜ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਆ ਕੇ ਆਪਾਂ ਉਸੇ ਪ੍ਰਣਾਲੀ ਨੂੰ ਅੱਗੇ ਤੋਰਿਆ ਹੈ। ਮੈਂ ਸਮਝਦਾ ਸਾਡੇ ਚੰਗੇ ਭਾਗ ਹਨ। ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਆਪਾਂ ਸਾਰੇ ਇੱਕ ਪਰਿਵਾਰ ਹਾਂ, ਚਾਹੇ ਅਸੀਂ ਧਰਮ ਸਥਾਨ ਵੱਖਰੇ ਵੱਖਰੇ ਬਣਾ ਲੈ, ਪਰ ਫਿਰ ਵੀ ਗੁਰੂ ਮਹਾਰਾਜ ਦਾ ਹੁਕਮ ਹੈ ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋ। ਆਪਾਂ ਸਾਰਿਆਂ ਨੂੰ, ਆਪਾਂ ਇੱਕੋ ਹੀ ਜਮਾਤ ਦੇ ਸਟੂਡੈਂਟ ਹਾਂ, ਆਪਾਂ ਸਾਰੇ ਭਰਾ ਹਾਂ, ਸਾਨੂੰ ਰਲ ਮਿਲ ਕੇ ਏਕਾ ਰੱਖਣ ਦੀ ਲੋੜ ਆ। ਇਹਨਾਂ ਮੁਲਕਾਂ ਵਿੱਚ ਵੀ ਜੇਕਰ ਅਸੀਂ ਆਪਣੇ ਹੱਕ ਲੈਣੇ ਆ ਤਾਂ ਸਾਨੂੰ ਇਕੱਠੇ ਹੋਣਾ ਪਊਗਾ। ਜੇਕਰ ਅਸੀਂ ਇਕੱਠੇ ਨਾ ਹੋਏ ਤਾਂ ਮਨੋਰਟੀ ਨੂੰ ਕੋਈ ਨਹੀਂ ਪੁੱਛਦਾ। ਅੱਜ ਤੁਸੀਂ ਦੇਖ ਲਓ ਹਿੰਦੁਸਤਾਨ ਵਿੱਚ ਸਾਡਾ ਕੀ ਹਾਲ ਹੈ। ਕੁਛ ਸਾਡਾ ਕਸੂਰ, ਕੁਛ ਤੁਹਾਡਾ ਕਸੂਰ, ਅਸੀਂ ਵੰਡਾਂ ਪਾ ਕੇ ਬਹਿ ਗਏ ਹਾਂ। ਪਰ ਇਹਨਾਂ ਵੰਡਾਂ 'ਤੇ ਲੀਕ ਮਾਰ ਦਈਏ ਆਪਾਂ ਇੱਕ ਦੂਜੇ ਦੇ ਨਾਲ, ਸਾਡਾ ਵਸੇਬਾ ਵੀ ਇੱਕ ਦੂਜੇ ਤੋਂ ਬਿਨਾਂ, ਕਿਉਂਕਿ ਤੁਸੀਂ ਇੱਕ ਸਾਡੇ ਪਰਿਵਾਰਾਂ ਦੀ ਤਰ੍ਹਾਂ ਸਾਡੇ ਨਾਲ ਹਮੇਸ਼ਾ ਹਿੰਦੁਸਤਾਨ ਵਿੱਚ ਵੀ ਸਾਥ ਦਿੱਤਾ। ਮੈਨੂੰ ਮਾਣ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਤੁਸੀਂ ਸਾਡੇ ਨਾਲ ਹੋ। ਮੈਂ ਇਸ ਗੱਲ ਦੀ ਖੁਸ਼ੀ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਧੰਨਵਾਦ ਵੀ ਕਰਦਾ ਹਾਂ ਕਿ ਆਪਾਂ ਉਹਨਾਂ ਤੋਂ ਸਿੱਖਿਆ ਲੈ ਕੇ
ਆਪਾਂ ਇੱਕੋ ਹੀ ਭਰਾ ਇੱਕੋ ਪ੍ਰਣਾਲੀ ਦੇ ਸਟੂਡੈਂਟ ਹਾਂ। ਦੂਜੇ ਮੈਂ ਵਧਾਈ ਦੇਣੀ ਚਾਹੁੰਦਾ ਹਾਂ ਆਪ ਸੰਗਤਾਂ ਨੂੰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਖਰਜਿੰਦਰ ਸਿੰਘ ਜੀ ਧਾਮੀ ਐਡਵੋਕੇਟ, ਜਿਨ੍ਹਾਂ ਵੱਲੋਂ ਆਪ ਸੰਗਤਾਂ ਨੂੰ ਅੱਜ ਦੇ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਕਿਸੇ ਵਜ੍ਹਾ ਕਰਕੇ ਉਹ ਟੈਲੀਫੋਨ 'ਤੇ ਸੰਪਰਕ ਨਹੀਂ ਬਣ ਸਕਿਆ, ਪਰ ਉਹਨਾਂ ਨੇ ਸਾਨੂੰ ਇਹ ਮਾਣ ਬਖਸ਼ਿਆ ਹੋਇਆ ਹੈ ਇਸ ਕੰਟਰੀ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਐਜ ਏ ਉਹਨਾਂ ਦੇ ਨੁਮਾਇੰਦੇ ਹੋਣ ਦੇ ਨਾਤੇ ਮੈਂ ਆਪ ਸੰਗਤਾਂ ਨੂੰ, ਸਾਰੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ, ਸ੍ਰੀ ਦਰਬਾਰ ਸਾਹਿਬ ਵੱਲੋਂ ਅਤੇ ਉੱਥੋਂ ਦੇ ਜਥੇਦਾਰ ਸਾਹਿਬ ਵੱਲੋਂ ਅਤੇ ਸਾਰੀ ਪਾਰਟੀ ਵੱਲੋਂ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ। ਗੁਰੂ ਮਹਾਰਾਜ ਕਿਰਪਾ ਕੀਤੀ ਹੈ, ਤੁਸੀਂ ਸਾਨੂੰ ਸੰਗਤਾਂ ਦੇ ਦਰਸ਼ਨ ਕਰਾਉਣ ਦਾ ਮੌਕਾ ਬਖਸ਼ਿਆ ਹੈ। ਮੈਂ ਖਿਮਾ ਦਾ ਜਾਚ ਹਾਂ, ਗਿਆਨੀ ਜੀ ਹੁਣੀ ਕੀਰਤਨ ਕਰਨਾ ਸੀਗਾ, ਕੀਰਤਨ ਤੋਂ ਪਹਿਲਾਂ ਮੈਨੂੰ ਤੁਸੀਂ ਟਾਈਮ ਦੇ ਦਿੱਤਾ, ਆਪ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਦੁੱਖ ਸੁੱਖ ਤੁਝੀ ਪਾ, ਆਨੰਦ ਗੁਣ ਨਿਧਾਨ ਗੁਰੂ ਗਰੀਬ ਨਵਾਜ਼। ਆਖੋ ਸਤਨਾਮ ਸ਼੍ਰੀ ਵਾਹੇ ਗੁਰੂ ਜੀ, ਜਪੋ ਸਤਨਾਮ 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 ਜੀ। ਸਹਿਸ ਤਵਨੇ
ਸਾਧਨ ਨੀਕਾ ਅਨਾਜ ਮਾ
ਛੋਰੇ ਚੰਗੇ ਕਰ ਕੇ ਗਏ ਹਨ ਚੰਗੇ ਜਨ ਤਾਲ ਮੰਗੇ ਗੋਪਾਲ ਸਗਲ ਦੁਆਰ ਕੋ ਛਾਟ ਕੇ ਕਹੋ ਤੁਹਾਰੋ ਦੁਆਰ ਪਾਏ ਗਏ ਕੀ ਲਾਜ ਅਸੀਂ ਗੋਬਿੰਦ ਦਾਸ ਤੁਹਾਰ ਐਸੇ ਚੰਡ ਪ੍ਰਤਾਪ ਤੇ ਜੀਵਨ ਵੱਡਿਓ ਪ੍ਰਤਾਪ ਤੀਨ ਲੋਕ ਜੈ ਜੈ ਕਰੇ ਰਹੇ ਨਾਮ ਸਤਿਗਾ ਚੱਕਰ ਚੱਕਰ ਬਾਜ ਕੇ ਚੱਕਰ ਚੱਕਰ ਭੁਗਤੇ ਸੁਪਾਵਨ ਸੁਭਮ ਸਰਬਦਾਸ ਕਰੋ ਮਨ ਮੇਰੇ
ਮੋਹੇ ਨਾ ਵਿਸਾਰੋ ਮੈਂ
ਕਹਿ ਰਵਿਦਾਸ ਪਰੋ ਤੇਰੀ ਸਾਵਾ ਹਮ ਪ੍ਰੇਮ ਬੰਧਨ ਤੁਮ ਬਾਂਧੇ 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 ਜੋ ਹਮ ਬਾਂਧੇ and to embrace the men and women of the Haines Avenue Sikh Temple and their celebration of their faith, their good works, their generosity, their love. And you guys are a very valuable part of our community, and want to thank you very much for being a part of our community. And we are very honored to be here today to serve you. So thank you very much. Next person I am calling, Councilman Mr. Baird Krishner.
Good morning, and thank you once again for your hospitality. It's an honor to be part of the third annual parade here at, on Hayne Avenue in Yuba City. And again, to the temple leadership for how proactive they are and the organization of this parade. And also, my gratitude to our local supervisor, Mr. Carl Maines, Sutter County. Thank you as well. For this celebration of our city and the uniqueness of our culture. Thank you very much. ਗੁਰਗਟਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰੀ ਅੰਦਰ ਸਾਜ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਯੂਬਾ ਸਿਟੀ ਦੇ ਧਰਤੀ ਤੇ ਸਾਡੇ ਯੂਬਾ ਸਿਟੀ ਸ਼ਹਿਰ ਵਿਖੇ ਭਗਤ ਰਵਿਦਾਸ ਜੀ ਦੇ 647ਵਾਂ ਆਗਮਨ ਪੁਰਬ ਨੂੰ ਮੁੱਖ ਰੱਖਦੇ ਹੋਏ ਸ੍ਰੀ ਗੁਰੂ ਰਵਿਦਾਸ ਟੈਂਪਲ ਯੂਬਾ ਸਿਟੀ ਦੇ ਪ੍ਰਬੰਧਕ ਕਮੇਟੀ, ਗੁਰੂ ਘਰ ਦੇ ਸਮੂਹ ਸਟਾਫ, ਸੰਗਤਾਂ ਦੇ ਸਹਿਯੋਗ ਨਾਲ ਤੀਜਾ ਸਾਲਾਨਾ ਨਗਰ ਕੀਰਤਨ ਕੱਢ ਰਹੇ ਹਾਂ। ਦਾਸ ਵੱਲੋਂ, ਸਰ ਕਾਉਂਟੀ ਬੋਰਡ ਸੁਪਰਵਾਈਜ਼ਰ ਵੱਲੋਂ ਸਾਰਿਆਂ ਨੂੰ ਜੀਓ ਹੀ ਆਇਆਂ ਤਾਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਬੁਲਾਓ ਫਤਿਹ ਤੇ ਦਿਓ ਪਿਆਰ ਦਾ ਹੰਗਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧਰਤੀ ਯੂਬਾ ਸਿਟੀ ਦੀ ਸਮੂਹ ਸਾਧ ਸੰਗਤ ਇਸ ਗੱਲ ਲਈ ਵਧਾਈ ਦੀ ਪਾਤਰ ਹੈ ਕਿ ਜਿਹੜੇ ਸਾਰੇ ਰਲ ਮਿਲ ਕੇ ਅੱਜ ਆਪਾਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ 647ਵੇਂ ਆਗਮਨ ਪੁਰਬ ਨੂੰ ਸਮਰਪਿਤ ਤੀਸਰਾ ਨਗਰ ਕੀਰਤਨ ਆਰੰਭ ਕਰਨ ਜਾ ਰਹੇ ਹਾਂ ਆਪਾਂ ਅੱਜ। ਇਸ ਗੱਲ ਲਈ ਸਮੂਹ ਸੰਗਤ ਵਧਾਈ ਦੀ ਪਾਤਰ ਹੈ। ਸੋ ਇੱਥੇ ਸਾਡੇ ਕਿ ਯੂਬਾ ਸਿਟੀ ਦਾ ਗੁਰੂ ਘਰ ਜਿਹੜਾ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਜਾਂ ਟਹਿਰਾ ਮਹਿਨਾ ਗੁਰੂ ਘਰ, ਇਹ ਇੱਕ ਐਗਜ਼ਾਮਪਲ ਆ ਕਿ ਇੱਥੇ ਸਾਰੇ ਰਲ ਮਿਲ ਕੇ ਕਿਸੇ ਵੀ ਸਿਸਟਮ ਤੋਂ ਉੱਪਰ ਉੱਠ ਕੇ ਸਾਰੀ ਸੰਗਤ ਹਰੇਕ ਜਿਹੜਾ ਪ੍ਰੋਗਰਾਮ ਹੈ ਉਹ ਰਲ ਮਿਲ ਕੇ ਕਰਦੀ ਹੈ। ਮੈਂ ਥੋੜ੍ਹਾ ਜਿਹਾ ਇਹਦੇ ਵਿੱਚ ਸਮਾਂ, ਇੱਕ ਦੋ ਜਿਹੜੇ ਲਾਸਟ ਈਅਰ ਇੱਕ ਹੈਪਨ ਥੋੜ੍ਹਾ ਜਿਹਾ ਹੋਇਆ ਸੀਗਾ, ਜਿਹੜਾ ਕਿ ਇੱਕ ਬਿੱਲ ਦੀ ਸਾਡੇ SB 403 ਇੱਥੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਯੂਬਾ ਸਿਟੀ ਦੀ ਸੰਗਤ ਜਿਹੜੀ ਆ ਉਹ ਉਸ ਬਿੱਲ ਦੀ ਸਪੋਰਟ ਦੇ ਵਿੱਚ ਨਹੀਂ ਸੀ। ਇਹਦਾ ਕਈ ਵਾਰੀ ਬੜਾ ਪ੍ਰਚਾਰ ਕੀਤਾ ਗਿਆ ਕਈ ਜਗ੍ਹਾ 'ਤੇ ਕਿ ਜਿਹੜੇ ਯੂਬਾ ਸਿਟੀ ਦੇ ਸਿੱਖ ਆ ਉਹ ਉਸ ਚੀਜ਼ ਦੇ ਉਲਟ ਖੜੇ ਵੀ ਉਹ ਹਿੰਦੂਆਂ ਦੇ ਨਾਲ ਆ, ਲੇਕਿਨ ਇਹ ਬਿਲਕੁਲ ਗੱਲ ਗਲਤ ਆ। ਯੂਬਾ ਸਿਟੀ ਦੀ ਸੰਗਤ ਜਿਹੜੀ ਐਜ਼ ਏ ਸਿੱਖ, ਜੋ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੇ ਕੌਨਸੈਪਟ ਦਿੱਤਾ, ਜੋ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੌਨਸੈਪਟ ਦਿੱਤਾ ਸਿੱਖੀ ਦਾ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਯੂਬਾ ਸਿਟੀ ਦੀ ਜਿਹੜੀ ਸੰਗਤ ਆ ਉਹਨਾਂ ਨੇ ਬਿਲਕੁਲ ਸਾਡਾ ਸਾਥ ਦਿੱਤਾ। ਲੇਕਿਨ ਜਿੰਨੇ ਵੀ ਗੁਰੂ ਘਰ ਆ, ਚਾਹੇ ਉਹ ਲਾਈਵ ਵਾਕ ਗੁਰੂ ਘਰ ਆ, ਚਾਹੇ ਉਹ ਟਹਿਰਾ ਬਹਿਣਾ, ਜਿੰਨੇ ਵੀ ਗੁਰੂ ਘਰ ਆ, ਸਾਰਿਆਂ ਨੇ ਸਾਨੂੰ ਉਸ ਬਿੱਲ ਦੇ ਖਿਲਾਫ ਜਿਹੜੇ ਆ ਲੈਟਰ ਦਿੱਤੇ। ਧੰਨਵਾਦ ਕਰਦੇ ਹਾਂ ਅਸੀਂ ਸਾਰੇ ਹੀ ਗੁਰੂ ਘਰਾਂ ਦਾ, ਔਰ ਐਸਪੈਸ਼ਲੀ ਅਸੀਂ ਇੱਥੇ ਦੀ ਯੂਬਾ ਸਿਟੀ ਦੀ ਜਿਹੜੀ ਸਿਟੀ ਕੌਂਸਲ ਆ, ਈਦਰ ਵੇਟ ਖਰਚਨਰ ਇਜ਼ ਹੇਅਰ, ਦਾ ਦੇਵ ਸ਼ਾਹ ਇਜ਼ ਹੇਅਰ, ਯੂਬਾ ਸਿਟੀ ਕੌਂਸਲ ਵੱਲੋਂ ਵੀ ਸਾਨੂੰ ਸਪੋਰਟ ਮਿਲੀ ਕਿ ਇਹ ਸਿਸਟਮ ਜਿਹੜਾ ਉਹ ਇੱਥੇ ਨਹੀਂ, ਅਸੀਂ ਇਸ ਚੀਜ਼ ਦੇ ਹੱਕ 'ਚ ਨਹੀਂ ਹੈਗੇ ਕੋਈ ਵੀ ਜਿਹੜਾ ਕਾਸਟ ਸਿਸਟਮ ਇੱਥੇ ਲਿਆਉਣ ਦੇ। ਸਿਟੀ ਕੌਂਸਲ ਦੇ ਵੀ ਆਰ ਥੈਂਕਫੁਲ ਟੂ ਦੈਮ, ਅਤੇ ਬੋਰਡ ਆਫ ਸੁਪਰਵਾਈਜ਼ਰ ਵੀ ਜਿਹੜੇ ਸੀ ਉਹਨੇ ਵੀ ਸਾਡਾ ਬਹੁਤ ਸਾਥ ਦਿੱਤਾ। ਕਰਮ ਬੈਂਸ ਜੋ ਕਿ ਸਰਦਾਰ ਦਦਾਰ ਸਿੰਘ ਹੋਣਾ ਦੇ ਬੇਟੇ ਆ, ਉਹਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ।
ਕਾਉਂਟੀ ਨੇ ਸਾਡੇ ਹੱਕ ਦੇ ਵਿੱਚ ਜਿਹੜੇ ਮਤੇ ਪਾਸ ਕੀਤੇ ਔਰ ਇਸ ਗੱਲ ਲਈ ਅਸੀਂ ਕਰਮ ਬੈਂਸ ਨੂੰ ਐਤਕੀ ਜੋ ਸੈਕਿੰਡ ਟਰਮ ਬਿਨਾਂ ਮੁਕਾਬਲਾ ਦੁਬਾਰਾ ਫਿਰ ਬੋਰਡ ਆਫ ਸੁਪਰਵਾਈਜ਼ਰ ਬਣੇ ਇਹਨਾਂ ਨੂੰ ਅਸੀਂ ਉਸ ਗੱਲ ਦੇ ਲਈ ਮੁਬਾਰਕਬਾਦ ਵੀ ਦਿੰਦੇ ਹਾਂ ਜਿਸ ਤਰ੍ਹਾਂ ਜੈਫ ਸਟੈਫਨਸ ਵੀ ਜਿਹੜੇ ਆ ਉਹ ਬੋਰਡ ਆਫ ਸੁਪਰਵਾਈਜ਼ਰ ਬਣ ਗਏ ਤਕਰੀਬਨ ਪ੍ਰਾਇਮਰੀ ਦੇ ਵਿੱਚ ਹੀ ਓਵਰ 51% ਵੋਟਾਂ ਲੈ ਗਏ ਉਸ ਗੱਲ ਲਈ ਜੈਫ ਉਹਨਾਂ ਨੂੰ ਵੀ ਮੁਬਾਰਕਬਾਦ ਸਤਿ ਸ਼੍ਰੀ ਅਕਾਲ ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ ਕਿ ਗੁਰੂ ਗ੍ਰੰਥ ਸਾਹਿਬ ਦਾ ਫਲਸਫਾ ਇਹੀ ਹੈ ਸਾਰੇ ਆਪਾਂ ਉਹਨੂੰ ਮੰਨ ਕੇ ਭੈਣਾਂ ਭਰਾਵਾਂ ਦੀ ਤਰ੍ਹਾਂ ਆਪਾਂ ਰਹੀਏ ਇਹਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ 2 ਮਿੰਟ ਦਾ ਹੀ ਸਮਾਂ ਇੱਥੇ ਹੋਰ ਇੱਕ ਲੱਗਣਾ ਸਾਡੇ ਮੱਖਣ ਲੋਹਾਰ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਉਹਨੇ ਇੱਕ ਗੀਤ ਕੀਤਾ ਸੀਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਬੇਅਦਬੀਆਂ ਦਾ ਆ ਜਾਓ ਮੱਖਣ ਭਾਅ ਜੀ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਅੱਜ ਆਪਾਂ ਉਸ ਗੀਤ ਦਾ ਜਿਹੜਾ ਪੋਸਟਰ ਆ ਉਹ ਰਿਲੀਜ਼ ਕਰਨਾ ਮੱਖਣ ਲੋਹਾਰ ਸਾਹਿਬ ਜੀ ਦਾ ਜੋ ਕਿ ਸਮੇਂ-ਸਮੇਂ ਤੇ ਸਾਨੂੰ ਇਦਾਂ ਦੇ ਗੀਤ ਜਿਹੜੇ ਆ ਉਹ ਦਿੰਦੇ ਰਹਿੰਦੇ ਆ ਸੋ ਇਹਦੇ ਨਾਲ ਹੀ ਸੰਗਤ ਤੋਂ ਮੈਂ ਰਜਾ ਲੈਣਾ ਧੰਨਵਾਦ ਸਾਰੀ ਗੁਰੂ ਘਰ ਦੀ ਕਮੇਟੀ ਦਾ ਚੇਅਰਮੈਨ ਪੰਡਾਲ ਸਾਹਿਬ ਸ਼ੰਗਾਰਾ ਸਿੰਘ ਜੀ ਪ੍ਰਧਾਨ ਸਾਹਿਬ ਸਾਡੇ ਸਾਰੀ ਹੀ ਗੁਰੂ ਘਰ ਦੀ ਕਮੇਟੀ ਦਾ ਅਸੀਂ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਬੇਨਤੀ ਕਰਦਾ ਈਜ਼ੀ ਡੇ ਰਾਈਡ ਵਾਲੇ ਸਰਦਾਰ ਓਮਕਾਰ ਸਿੰਘ ਜੀ ਆਪਣਾ ਸਨਮਾਨ ਲੈਣ ਲਈ ਪਹੁੰਚ ਜਾਣ ਸਰਦਾਰ ਓਮਕਾਰ ਸਿੰਘ ਜੀ ਹੁਣ ਮੈਨੂੰ ਸਮਝ ਆ ਗਈ ਤੂੰ ਹੀ ਤੂੰ ਸਾਰੀ ਕਾਇਨਾਤ ਵਿੱਚ ਵਰਤ ਰਿਹਾ ਮੇਰੇ ਵਜੂਦ ਦੀ ਵਜ਼ਾ ਵੀ ਤੂੰ ਹੀ ਹੈ ਤੇਰੀ ਵਜ਼ੇ ਨਾਲ ਹੀ ਮੇਰਾ ਵਜੂਦ ਸੰਸਾਰ ਵਿੱਚ ਹੈ ਮੈਂ ਇਸ ਲਈ ਹਾਂ ਕਿਉਂਕਿ ਤੇਰਾ ਅੰਸ਼ ਮੇਰੇ ਵਿੱਚ ਮੌਜੂਦ ਹੈ ਸਾਹਿਬਾਣੀ ਵਿੱਚ ਆਖਦੇ ਨੇ ਖਾਕ ਨੂਰ ਕਰਦੰ ਆਲਮ ਦੁਨਿਆਏ ਅਸਮਾਨ ਜ਼ਿਮੀ ਦਰਖਤ ਆਪ ਪੈਦਾਇਸ਼ ਖੁਦਾਏ ਬੰਦੇ ਚਸ਼ਮ ਦੀਦੰ ਫਨਾਏ ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਏ ਹਵਾਲ ਮਾਰ ਮਾਲੂਮ ਕਰਦੰ ਪਾਕ ਅੱਲਾਹ ਭਗੋ ਨਾਨਕ ਅਰਦਾਸ ਪੇਸ ਦਰਵੇਸ਼ ਬੰਦਾ ਉਹ ਤੇ ਹੈ ਸਭਨਾ ਵਿੱਚ ਹੀ ਮੌਜੂਦ ਹੈ ਸਾਂਝ ਨਹੀਂ ਬਣ ਪਾ ਰਹੀ ਆਖਿਆ ਜਬ ਹਮ ਹੋਤੇ ਮਹਾਰਾਜ ਜੀ ਜਦੋਂ ਤੱਕ ਮੇਰੇ ਵਿੱਚ ਹਮ ਸੀ ਮੈਂ ਮੌਜੂਦ ਸੀ ਮੈਂ ਤੈਨੂੰ ਜਾਣ ਨਹੀਂ ਸੀ ਸਕਿਆ ਹੋਮੈ ਦਾ ਰੂਪ ਇੱਕ ਨਹੀਂ ਹੋਇਆ ਕਰਦਾ ਕਿਸੇ ਨੂੰ ਇਸ ਗੱਲ ਦਾ ਮਾਣ ਹੋਵੇ ਨਾ ਕਿਸੇ ਨੂੰ ਤਾਕਤ ਦਾ ਮਾਣ ਹੋਵੇ ਉਹਦੀ ਤਾਕਤ ਛੀਣ ਹੋਏਗੀ ਤੂੰ ਟੁੱਟ ਜਾਏਗੀ ਉਹ ਤੋਂ ਵੱਡਾ ਕੋਈ ਤਾਕਤਵਰ ਆ ਜਾਏਗਾ ਇਹ ਤੇ ਅਸਥੂਲ ਹੋਮੈ ਹੈ ਕਿਸੇ ਨੂੰ ਰੂਪ ਦਾ ਮਾਣ ਹੋਵੇ ਤੇ ਜਦੋਂ ਰੂਪ ਢਲੇਗਾ ਤੇ ਉਸਦੀ ਹੋਂ ਟੁੱਟ ਜਾਏਗੀ ਕਿਸੇ ਨੂੰ ਧਨ ਦਾ ਮਾਣ ਹੋਵੇ ਤੇ ਧਨ ਜਦੋਂ ਕੋਈ ਹੋਰ ਵੱਡਾ ਧਨਾਡ ਵੇਖੇਗਾ ਤੇ ਉਹਦੀ ਧਨ ਦੀ ਵੀ ਹੋਮੈ ਜਾਂਦੀ ਰਹੇਗੀ ਪਰ ਤੁਸੀਂ ਹੈਰਾਨ ਹੋਵੇ ਇੱਕ ਹੋਮੈ ਇਸ ਤਰ੍ਹਾਂ ਦੀ ਵੀ ਜਿਸ ਨੂੰ ਸੂਖਸ਼ਮ ਹੋਮੈ ਕਿਹਾ ਗਿਆ ਕਿਸੇ ਨੂੰ ਇਸ ਗੱਲ ਦੀ ਹੋਮੈ ਹੋ ਜਾਏ ਕਿ ਉਹ ਰੋਜ਼ ਨਿਤਨੇਮ ਕਰ ਰਿਹਾ ਹੈ ਕਿਸੇ ਨੂੰ ਇਸ ਗੱਲ ਦਾ ਅਹੰਕਾਰ ਆ ਜਾਏ ਕਿ ਉਹ ਕੋਈ ਸੇਵਾ ਕਰ ਰਿਹਾ ਹੈ ਕਿਸੇ ਨੂੰ ਇਸੇ ਗੱਲ ਦਾ ਮਾਣ ਆ ਜਾਏ ਕਿ ਉਸਨੇ ਸਿਮਰਨ ਬਹੁਤ ਕਰ ਲਿਆ ਇਸ ਹੋਮੈ ਨੂੰ ਕਿਵੇਂ ਤੋੜੋਗੇ ਭਲਾ ਉਹਦਾ ਕੀਤਾ ਹੋਇਆ 40 ਸਾਲ ਦਾ ਨਿਤਨੇਮ ਕੋਈ ਖੋ ਸਕਦਾ ਨਹੀਂ ਪਰ ਜੇ ਉਹ ਨਿਤਨੇਮ ਵਿੱਚ ਹੀ ਹੋਮੈ ਦਾ ਜਨਮ ਹੋ ਜਾਏ ਫਿਰ ਭਲਾ ਕੀ ਹੋਏਗਾ ਤੋ ਮਹਾਰਾਜ ਜੀ ਨੇ ਆਖਿਆ ਹੋਮੈ ਦੇ ਅਨੇਕਾਂ ਹੀ ਰੂਪ ਹਨ ਦੋ ਮਿੱਤਰ ਸਨ ਇਕੱਠੇ ਹੀ ਪੜ੍ਹਦੇ ਸਨ ਬੜਾ ਆਪਸ ਵਿੱਚ ਪ੍ਰੇਮ ਪਿਆਰ ਸੀ ਤੇ ਪਰ ਬੱਚਿਆਂ ਦੀ ਰੁਚੀ ਬਚਪਨ ਤੋਂ ਹੀ ਕਿਸੇ ਪਾਸੇ ਲੱਗ ਜਾਂਦੀ ਕੋਈ ਪ੍ਰਭਾਵਿਤ ਹੋਇਆ ਸੰਨਿਆਸੀਆਂ ਨੂੰ ਵੇਖ ਕੇ ਉਦਾਸੀਆਂ ਨੂੰ ਵੇਖ ਕੇ ਇੱਕ ਬੱਚਾ ਪ੍ਰਭਾਵਿਤ ਹੋਇਆ ਉਹਨੇ ਜਾਣਿਆ ਆਹ ਮੌਜ ਹੈ
ਇਹਨਾਂ ਦਾ ਵੀ ਕਿਆ ਕਿਆ ਖੂਬਸੂਰਤ ਜ਼ਿੰਦਗੀ ਹੈ ਇਹਨਾਂ ਦੀ, ਕੋਈ ਪਰਵਾਹ ਨਹੀਂ, ਬੇਪਰਵਾਹੀ ਨਾਲ ਜੀਵਨ ਜੀ ਰਹੇ, ਨਾ ਘਰ ਦੀ ਚਿੰਤਾ, ਨਾ ਪਰਿਵਾਰ ਦੀ ਚਿੰਤਾ, ਨਾ ਕਿਸੇ ਖਾਣ ਦੀ ਚਿੰਤਾ, ਨਾ ਕੋਈ ਘਰ ਬਣਾਉਣਾ ਹੈ। ਦਰਵੇਸ਼ ਹਨ, ਪ੍ਰਸ਼ਾਦਾ ਮੰਗ ਲੈਂਦੇ ਨੇ, ਛਕ ਲੈਂਦੇ ਨੇ, ਉਪਜੀਵਿਕਾ ਇਸੇ ਤਰ੍ਹਾਂ ਚੱਲ ਰਹੀ ਹੈ। ਕਮਾਲ ਦੀ ਗੱਲ, ਇਹਨਾਂ ਨੇ ਤਾਂ ਅਡੰਬਰ ਹੀ ਨਹੀਂ ਪਾ ਲਿਆ ਕੋਈ, ਕੈਸਾ ਕਮਾਲ ਦਾ ਜੀਵਨ ਹੈ। ਪ੍ਰਭਾਵਿਤ ਹੋਇਆ ਤੇ ਆਖਿਆ ਸਮਾਜ ਸਤਿਕਾਰ ਕਿੰਨਾ ਕਰਦਾ, ਜਦੋਂ ਸੰਨਿਆਸੀਆਂ ਦਾ, ਉਦਾਸੀਆਂ ਦਾ, ਜੋਗੀਆਂ ਦਾ ਜ਼ੋਰ ਰਿਹਾ ਹੈ, ਉਸ ਵਕਤ ਵਿੱਚ ਜਦੋਂ ਫੇਰਾ ਪਾਉਂਦੇ ਸਨ ਲੋਕ ਉਹਨਾਂ ਦੇ ਚਰਨਾਂ ਤੇ ਢਹਿ ਪੈਂਦੇ ਸਨ, ਆਖਦੇ ਸਨ ਕਮਾਲ ਹੋ ਤੁਸੀਂ ਪਰਿਵਾਰ ਛੱਡ ਦਿੱਤਾ, ਬੜੀ ਵੱਡੀ ਗੱਲ ਹੈ, ਮੱਥਾ ਟੇਕਦੇ ਸਨ। ਜੋ ਕੋਈ ਉਹ ਕਹਿ ਦਿੰਦੇ ਸੀ, ਕੋਈ ਅਗਰ ਤੁਹਾਡੇ ਕੋਲੋਂ ਪੁੱਤਰ ਵੀ ਮੰਗ ਲੈਂਦਾ ਨਾ, ਤੇ ਖੁਸ਼ੀ ਖੁਸ਼ੀ ਪੁੱਤਰ ਆਪਣਾ ਦੇ ਦਿਆ ਕਰਦੇ ਸਨ, ਲੈ ਜਾਓ ਤੁਸੀਂ। ਬਈ ਇਹਨਾਂ ਦਾ ਇੰਨਾ ਸਤਿਕਾਰ, ਬੱਚਾ ਪ੍ਰਭਾਵਿਤ ਹੋਇਆ, ਉਹਨੇ ਵੇਖਿਆ ਕਮਾਲ ਹੈ, ਕਿਆ ਕਿਆ ਬੇਪਰਵਾਹੀ ਦਾ ਜੀਵਨ ਜੀ ਰਹੇ ਨੇ ਲੋਕ। ਵੱਡਾ ਹੁੰਦਾ ਰਿਹਾ, ਉਹ ਗੱਲ ਵਿਚਾਰ ਵੀ ਅੰਦਰ ਵੱਡੀ ਹੁੰਦੀ ਚਲੀ ਗਈ, ਜਿਉਂ ਜਿਉਂ ਵੱਡਾ ਹੋਇਆ ਤਾਂ ਵਿਚਾਰ ਮਜ਼ਬੂਤ ਹੁੰਦੀ ਗਈ, ਸੰਨਿਆਸੀਆਂ ਦੇ ਟੋਲੇ ਨਾਲ ਰਲਿਆ, ਘਰ ਬਾਰ ਛੱਡ ਗਿਆ ਤੇ ਉਹਨਾਂ ਦੇ ਨਾਲ ਹੀ ਤੁਰ ਗਿਆ। ਦੂਜਾ ਇੱਕ ਹੋਰ ਮਿੱਤਰ ਹੈ ਤੇ ਉਹਨੇ ਜਾਣਿਆ ਬਈ ਠਾਠ ਤੇ ਰਾਜਿਆਂ ਰਜਵਾੜਿਆਂ ਵਿੱਚ ਨੇ, ਕਮਾਲ ਹੈ ਕਿੰਨੇ ਹੀ ਨੌਕਰ ਚਾਕਰ ਨੇ, ਉਹਦੀ ਸ਼ਾਨ ਨੂੰ ਵੇਖਦਿਆਂ ਹੋਇਆਂ, ਉਹਦੇ ਐਸ਼ੋ ਆਰਾਮ, ਉਹਦੀਆਂ ਫੌਜਾਂ ਵੇਖ ਕੇ ਕਿਸੇ ਦੀਆਂ, ਉਹਦੇ ਜੀਅ ਵਿੱਚ ਇਹ ਗੱਲ ਆਈ ਵੀ ਕਾਸ਼ ਮੈਂ ਕਿਸੇ ਦਿਨ ਇਸ ਪਾਸੇ ਹੋਵਾਂ, ਤੇ ਉਸ ਦਾ ਵੀ ਵਿਚਾਰ ਵੱਡਾ ਹੁੰਦਾ ਚਲਿਆ ਗਿਆ। ਸਮਾਂ ਆਪਣੀ ਚਾਲ ਚੱਲ ਗਿਆ, ਇੱਕ ਦਿਨ ਉਹ ਵਕਤ ਦਾ ਰਾਜਾ ਖਵਾਇਆ ਗਿਆ, ਦੂਜਾ ਸੰਨਿਆਸੀ ਹੋਇਆ। ਰਾਜੇ ਦੇ ਦਿਲ ਵਿੱਚ ਆਈ ਬਈ ਜੰਜਾਲ ਹੀ ਹੈ, ਮੈਂ ਫਸ ਗਿਆ, ਮੈਂ ਰਾਜ ਭਾਗ ਮੰਗ ਕੇ ਚਾਹੇ ਪ੍ਰਾਪਤੀਆਂ ਕਰਕੇ ਨਿੱਤ ਦੀ ਮੁਹਿੰਮ ਹੈ, ਰੋਜ਼ ਕਿਤੇ ਲੜਾਈ ਲੜਨੀ ਪੈਂਦੀ ਹੈ, ਫੌਜਾਂ ਲੈ ਕੇ ਜਾਓ, ਕੋਈ ਰਾਜਾ ਅੱਗੋ ਤਕੜਾ ਆ ਨਾ ਜਾਏ ਤੇ ਮੇਰੇ ਤੇ ਕਬਜ਼ਾ ਨਾ ਕਰ ਲੈ, ਮੈਨੂੰ ਆਪਣੀ ਰਿਆਇਆ ਦੀ, ਆਪਣੀਆਂ ਫੌਜਾਂ ਦੀ, ਸਭੇ ਕਾਹੇ ਦੀ ਮੈਨੂੰ ਚਿੰਤਾ ਫਿਕਰ ਹੈ, ਦੇਖਣਾ ਕਾਲ ਪੈ ਜਾਏ ਤੇ ਮੈਨੂੰ ਆਪਣੇ ਕੋਲੋਂ ਇਹਨਾਂ ਨੂੰ ਅੰਨਦਾਨ ਦੇਣਾ ਪਏਗਾ, ਠੀਕ ਹੈ ਮੈਂ ਟੈਕਸ ਲੈਂਦਾ, ਫੌਜਾਂ ਮੇਰੇ ਕੋਲ ਨੇ, ਪਰ ਮੇਰੀ ਸਿਰਦਰਦੀ ਵੀ ਇੰਨੀ, ਬੇਚੈਨ ਹੋ ਗਿਆ, ਰਾਜ ਮਾਣਦਿਆਂ ਹੋਇਆ ਵੀ ਬੇਚੈਨ ਹੋ ਗਿਆ। ਆਪਣੇ ਮਿੱਤਰ ਦੀ ਯਾਦ ਆਈ ਵੀ ਮੇਰਾ ਇਹ ਕਹਾਣੀ ਸੀ, ਉਦਾਸੀ ਹੋ ਗਿਆ ਤੇ ਸੰਨਿਆਸੀ ਹੋ ਗਿਆ, ਉਹ ਕਿਤੇ ਕਿਸ ਤਰ੍ਹਾਂ ਦਾ ਜੀਵਨ ਜੀ ਰਿਹਾ ਹੋਏਗਾ। ਉਹਨੇ ਉਸਨੂੰ ਚੇਤੇ ਕੀਤਾ, ਲੱਭਿਆ ਤੇ ਸੁਨੇਹਾ ਉਸ ਤੱਕ ਪਹੁੰਚਦਾ ਕੀਤਾ, ਆਖਿਆ ਵੀ ਕਿਸੇ ਤਰੀਕੇ ਨਾਲ ਉਹਨੂੰ ਸੁਨੇਹਾ ਦਿਓ ਵੀ ਤੈਨੂੰ ਤੇਰੇ ਮਿੱਤਰ ਨੇ ਯਾਦ ਕੀਤਾ। ਉਹ ਆਪਣੇ ਮਾਣ ਵਿੱਚ ਸੀ, ਉਹਨੇ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਇਆ। ਜਦੋਂ ਵਾਪਸ ਪਰਤਣ ਲੱਗਿਆ ਨਾ, ਮਿਲਣ ਵਾਸਤੇ ਆ ਰਹੇ, ਉਹਦਾ ਸੱਕਾ ਮਿੱਤਰ ਜਿਸ ਨਾਲ ਅੱਤ ਦੀ ਨੇੜਤਾ ਸੀ, ਰਾਜਾ ਬਣ ਗਿਆ ਤੇ ਮਿਲਣ ਵਾਸਤੇ ਵਾਪਸ ਪਰਤ ਰਿਹਾ। ਰਾਹ ਵਿੱਚ ਉਹਨੇ ਲੋਕਾਂ ਨੂੰ ਪੁੱਛਿਆ, ਉਹ ਮੇਰਾ ਮਿੱਤਰ ਹੈ ਜੋ ਇੱਥੋਂ ਦਾ ਰਾਜਾ ਹੈ, ਤੁਸੀਂ ਉਹਨੂੰ ਜਾਣਿਆ? ਕਿਆ ਆਖਿਆ? ਜਾਣਦੇ ਹਾਂ। ਆਖਿਆ ਤੇਰਾ ਮਿੱਤਰ? ਆਖਿਆ ਉਹਨੇ ਮੈਨੂੰ ਸੱਦਿਆ, ਤੁਸੀਂ ਕੋਈ ਮੈਨੂੰ ਦੱਸ ਸਕਦਾ ਉਹਨੇ ਕਿਉਂ ਸੱਦਿਆ? ਕਹਿੰਦਾ ਰਾਜੇ ਕਾਹਤੋਂ ਸੱਦਦੇ ਨੇ, ਵੀ ਆਪਣੇ ਰਾਜ ਭਾਗ ਨੂੰ ਦਰਸਾਉਣ ਵਾਸਤੇ ਹੀ ਸੱਦਦੇ, ਜੇ ਉਹ ਆਵਾਜ਼ ਮਾਰਦੇ ਨੇ ਤਾਂ ਉਹਦੇ ਪਿੱਛੇ ਇਹੀ ਹੈ ਵੀ ਉਹਨੇ ਆਪਣੀ ਸ਼ਾਨੋ ਸ਼ੌਕਤ ਤੈਨੂੰ ਦਿਖਾਉਣੀ ਹੋਏਗੀ। ਆਖਿਆ ਇਹਦਾ ਭਾਵ ਇਹ ਹੈ ਵੀ ਉਹਨੂੰ ਇਸ ਗੱਲ ਦਾ ਮਾਣ ਹੈ, ਉਹਨੂੰ ਆਪਣੀ ਅਮੀਰੀ ਦਾ ਮਾਣ ਹੈ, ਉਸਨੂੰ ਰਾਜ ਦਾ ਮਾਣ ਹੈ, ਇਸ ਕਰਕੇ ਮੈਨੂੰ ਸੱਦਿਆ। ਆਖਿਆ ਹਾਂ। ਰਾਹ ਵਿੱਚ ਤੁਰਿਆ ਜਾ ਰਿਹਾ, ਉਹਨੇ ਵੇਖਿਆ ਛੱਪੜ ਸੀ, ਚਿੱਕੜ ਨਾਲ ਭਰਿਆ ਹੋਇਆ, ਛਾਲ ਮਾਰੀ ਚਿੱਕੜ ਨਾਲ, ਉਹ ਕੱਪੜੇ ਤੇ ਸਿਰ ਸਭ ਕੁਝ ਭਰ ਲਿਆ, ਧੂੜ ਸਿਰ ਵਿੱਚ ਸਵਾਹ ਪਾ ਲਈ, ਰਾਜ ਭਾਗ ਵੱਲ ਹੋ ਤੁਰਿਆ।
ਤੇ ਜਦੋਂ ਮਿੱਤਰ ਨੂੰ ਮਿਲਿਆ ਨਾ ਆ ਕੇ ਦੇਖਿਆ ਮਿੱਤਰ ਹੈ, ਉਹਨੇ ਆ ਕੇ ਕੀ ਹਾਲ ਬਣਾਇਆ, ਐਵੇਂ ਦਾ ਤਾਂ ਤੂੰ ਨਹੀਂ ਸੀ, ਆਖਿਆ ਮੈਨੂੰ ਸੱਦਿਆ ਕਾ ਤੂੰ ਹੈ, ਕਹਿੰਦਾ ਨਹੀਂ ਸੱਦਣਾ ਤੇ ਛੱਡ, ਉਹ ਹੁਣ ਜੱਫੀ ਪਾਉਣ ਨੂੰ ਫਿਰੇ ਕਿਉਂਕਿ ਲਿਬੜਿਆ ਹੋਇਆ ਕਿ ਮੈਂ ਤੈਨੂੰ ਲਬੇੜ ਕੇ ਦੱਸਾਂ, ਆਖਿਆ ਨਹੀਂ ਨਹੀਂ ਪਰਾਂ ਪਰਾਂ, ਉਹ ਦੂਰ ਦੂਰ ਭੱਜੇ, ਇਹ ਕੁਝ ਚੱਲਦਾ ਰਿਹਾ ਥੋੜ੍ਹੀ ਦੇਰ ਤੱਕ, ਥੋੜ੍ਹੀ ਦੇਰ ਨੂੰ ਉਹਨੇ ਕਿਹਾ ਸ਼ਾਂਤੀ ਨਾਲ ਬੈਠ ਤੇ ਸਹੀ, ਹਾਲ ਕੀ ਬਣਾਇਆ, ਆਖਿਆ ਮੈਨੂੰ ਪਤਾ ਹੈ ਤੂੰ ਮੈਨੂੰ ਇਹ ਦਿਖਾਉਣਾ ਚਾਹੁੰਦਾ ਸੀ ਨਾ ਵੀ ਤੇਰੇ ਕੋਲ ਰਾਜ ਹੈ, ਤੇਰੇ ਕੋਲ ਭਾਗ ਹੈ, ਤੈਨੂੰ ਆਪਣੀ ਪ੍ਰਭਤਾ ਦਾ, ਤੇਰੇ ਕੋਲ ਜੋ ਕੁਝ ਹੈ ਸਭੋ ਕੁਛ ਦਾ ਤੂੰ ਮਾਣ ਕਰੀ ਬੈਠਾ ਨਾ, ਇਹ ਫਕੀਰੀ ਦਾ ਮਾਣ ਹੈ ਮੇਰੇ ਕੋਲ, ਆਖਿਆ ਕਮਾਲ ਮੱਥੇ ਨੂੰ ਹੱਥ ਮਾਰਿਆ, ਆਖਿਆ ਜਿਸ ਤਰ੍ਹਾਂ ਹੰਕਾਰ ਨਾਲ ਮੈਂ ਪਰੇਸ਼ਾਨ ਹਾਂ ਨਾ, ਤੂੰ ਵੀ ਕਿੱਥੇ ਨਹੀਂ ਪਹੁੰਚਿਆ, ਤੂੰ ਵੀ ਉਸੇ ਤਰ੍ਹਾਂ ਮਿੱਟੀ ਵਿੱਚ ਹੀ ਗਰਕ ਹੋਇਆ, ਤੂੰ ਕਹਿਣ ਤੋਂ ਭਾਵ ਇਹ ਹੋਮੈ ਦੇ ਅਨੇਕਾਂ ਰੂਪ ਹੁੰਦੇ, ਨਿਰੀ ਗੱਲ ਇਹ ਨਹੀਂ ਵੀ ਕਿਸੇ ਨੂੰ ਰਾਜ ਦਾ ਹੰਕਾਰ ਹੋ ਜਾਏ, ਕਿਸੇ ਨੂੰ ਸੰਨਿਆਸ ਪੁਣੇ ਦਾ ਵੀ ਹੰਕਾਰ ਹੋ ਸਕਦਾ, ਕਿਸੇ ਨੂੰ ਨਿਤਨੇਮ ਦਾ ਵੀ ਹੋ ਸਕਦਾ, ਕਿਮਾ ਕਰਦੇ ਹਾਂ, ਜਦੋਂ ਬਾਣੀ ਪੜ੍ਹਦੇ ਹਾਂ ਨਾ, ਜਦੋਂ ਸੇਵਾ ਕਰਦੇ ਹਾਂ, ਤੁਸੀਂ ਮਹੀਨੇ ਤੋਂ ਸੇਵਾ ਸੰਗਤ ਕਰ ਰਹੀ ਹੈ ਔਰ ਬੜੀ ਨਿਮਰਤਾ ਨਾਲ ਕਰ ਰਹੀ ਹੈ, ਤੇ ਜਦੋਂ ਤੁਸੀਂ ਝੋਲੀਆਂ ਭਰ ਕੇ ਜਾ ਰਹੇ, ਜਦੋਂ ਕੋਈ ਸੇਵਾ ਕਰਦਾ ਹੈ ਤਾਂ ਇਸ ਭਾਵ ਨਾਲ ਕਰੇ, ਮਹਾਰਾਜ ਤੇਰੀ ਦਇਆ ਨਾਲ ਤੇਰੀ ਸੇਵਾ ਤੇਰੀ ਚਾਕਰੀ ਨਸੀਬ ਹੋ ਗਈ, ਸੇਵਾ ਕਰਨ ਨਾਲ ਤੇ ਨਿਭਣਾ ਚਾਹੀਦਾ, ਨਿਵੇ ਸੋ ਬੋਰਾ ਹੋਏ, ਜਦੋਂ ਕੋਈ ਇਹ ਜਾਣ ਕੇ ਕਰਦਾ ਹੈ, ਨਿਤਨੇਮ ਕਰਨ ਤੋਂ ਬਾਅਦ ਅਰਦਾਸ ਦਾ ਫਲਸਫਾ ਪਤਾ ਮਰਿਆਦਾ ਕਿਉਂ ਹੈ, ਬਾਣੀ ਪੜ੍ਹ ਲਈ ਤੇ ਪੜ੍ਹ ਕੇ ਜਦੋਂ ਭੇਟਾ ਕਰ ਦਿੱਤੀ ਨਾ, ਤੁਸੀਂ ਜਾਣੋ ਵੀ ਜਦੋਂ ਭੇਟਾ ਕਰ ਦਿੱਤੀ ਸੱਚੇ ਪਾਤਸ਼ਾਹ ਜੀ, ਦਇਆ ਕਰੀ ਪ੍ਰਵਾਨ ਕਰੀ, ਫਿਰ ਮੈਂ ਨਹੀਂ ਰਹਿ ਗਈ, ਤੇਰੀ ਤੋੜ ਤੇ ਮਾਣ ਤੁਸੀਂ ਆ
ਪਾਣੀ ਵਿੱਚ ਗੋੜ ਡੋਬੇ ਜਾਤੇ ਅਗਮਾਨੀਆਂ ਦੇ ਨਾਨਕ ਤੇ ਮੁਖ ਉਜਲੇ ਬੋਲੋ ਵਾਹਿਗੁਰੂ ਜੀ।
ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਅਰਦਾਸ ਏਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਅੰਗਦ ਤੇ ਗੁਰੂ ਅਮਰਦਾਸ ਰਾਮਦਾਸਾ ਹੋਏ ਸਹਾਏ ਅਰਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਕਰ ਨੌ ਨਿਧਿਆ ਵੈ ਧਾਏ ਸਭ ਥਾਈ ਹੋਣਾ ਜੀ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਿੱਟੀਆਂ ਬਾਜਾਂ ਵਾਲੇ ਅੰਮ੍ਰਿਤ ਕੇ ਦਾਤੇ ਪੁੱਤਰਾਂ ਦੇ ਦਾਨੀ ਸਭ ਥਾਈ ਹੋਣਾ ਜੀ ਸਹਾਇ ਦਸੋ ਪਾਤਸ਼ਾਹੀਓ ਕੇ ਆਤਮਕ ਸਰੂਪ ਜੁਗੋ ਜੁਗੇ ਅਟਲ ਚੌਰ ਤਖਤ ਦੇ ਮਾਲਕ ਗੱਦੀ ਤੇ ਵਿਰਾਜਮਾਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਬੋਲੋ ਜੀ ਗੁਰੂ ਜੀ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਆਪ ਜੀ ਦਾ ਪਵਿੱਤਰ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਗ ਕੇ ਅੰਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਪੁੱਠੀਆਂ ਖੱਲਾਂ ਉਤਰਵਾਈਆਂ ਮੀਰ ਮਨੂ ਦੀ ਜੇਲ੍ਹ ਦੇ ਵਕਤ ਸਵਾ ਸਵਾ ਮਣ ਦਾ ਪੀਸਣਾ ਪੀਸਿਆ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ ਮੁੱਖੋਂ ਸੀ ਨੀ ਉਚਾਰੀ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿਨਾਂ ਸਿੰਘਾਂ ਸਿੰਘਣੀਆਂ ਭੁਝੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੇ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਬੁੰਗਿਆਂ ਨਿਸ਼ਾਨੋ ਜੀ ਕਾ ਧਿਆਨ ਧਰ ਕੇ ਬੋਲੋ ਜੇ ਬੋਲੋ ਜੇ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਆਪ ਜੀ ਦਾ ਪਵਿੱਤਰ ਨਾਮ ਚਿੱਤ ਆਵੈ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੇ ਬੋਲੋ ਜੇ ਦਾਤਾ ਜੀ ਬਖਸ਼ੋ ਜੀ ਆਪਣੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲਣਾ ਜੀ ਬੋਲਣਾ ਜੀ ਦਾਤਾ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ
ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀਓ, ਗੁਰਦੁਆਰਾ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਓਟਿਆਂ ਦੀ ਓਟ ਸਤਿਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀਓ, ਜੁਗੋ ਜੁਗ ਅਟਲ ਚੌਰ ਤਖਤ ਦੇ ਮਾਲਕ ਗੱਦੀ ਤੇ ਵਿਰਾਜਮਾਨ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ, ਆਪ ਜੀ ਦਾ ਕੋਟਨ ਕੋਟਾਨ ਧੰਨਵਾਦ ਹੈ, ਸ਼ੁਕਰਾਨਾ ਹੈ, ਆਪ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਆਗਮਨ ਨੂੰ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਤੀਸਰੇ ਨਗਰ ਕੀਰਤਨ ਦੀ ਆਰੰਭਤਾ ਹੋਣ ਜਾ ਰਹੀ ਹੈ। ਦਾਤਾ ਜੀ ਆਪ ਜੀ ਨੇ ਕਿਰਪਾ ਕਰਨੀ, ਵਿੱਚ ਕਰਤਾ ਪੁਰਖ ਖਲੋਆ ਬਾਣ ਨਾ ਵਿੰਗਾ ਹੋਇਆ, ਦਾਤਾ ਜੀ ਕਿਰਪਾ ਕਰਨੀ, ਆਪ ਜੀ ਦੇ ਓਟ ਆਸਰੇ ਨਾਲ ਕਾਰਜ ਆਰੰਭ ਹੋਣ ਲੱਗੇ ਨੇ, ਨਗਰ ਕੀਰਤਨ ਦੀ ਆਰੰਭਤਾ ਹੋਣ ਜਾ ਰਹੀ ਹੈ। ਆਪ ਜੀ ਨੇ ਕਿਰਪਾ ਕਰਨੀ, ਮਿਹਰ ਕਰਨੀ, ਦਇਆ ਕਰਨੀ, ਦਾਤਾ ਜੀ ਨਿਰਵਿਘਨਤਾ ਸਹਿਤ ਸੰਪੂਰਨਤਾ ਬਖਸ਼ਿਸ਼ ਕਰਨੀ। ਆਪ ਜੀ ਦੇ ਪੰਜ ਨਿਸ਼ਾਨ ਜੀ ਹਾਜ਼ਰ ਹਨ, ਪੰਜ ਪਿਆਰੇ ਪੰਜ ਸਿੰਘ ਹਾਜ਼ਰ ਹਨ, ਦਾਤਾ ਜੀ ਕਰੋ ਕਿਰਪਾ, ਆਪ ਜੀ ਆਪਣੇ ਨਿੱਜੀ ਅਸਥਾਨਾਂ ਤੋਂ ਚਾਲੇ ਪਾ ਕੇ ਨਗਰ ਦੀ ਪਰਿਕਰਮਾ ਕਰਦੇ ਹੋਏ ਦਾਤਾ ਜੀ ਉਹ ਸੰਗਤਾਂ ਨੂੰ ਉਤਾਰਨ ਦੀ ਕਿਰਪਾਲਤਾ ਕਰੋ ਜੀ, ਆਗਿਆ ਬਖਸ਼ਿਸ਼ ਕਰੋ ਜੀ, ਜੋ ਜੀ ਆਪ ਜੀ ਦੇ ਦਰ ਆਵੇ ਸੋ ਰਾਜੀ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੇ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੇ ਰਾਜ ਕਰੇਗਾ ਖਾਲਸਾ। ਵਾਰ ਹੋਏ ਸਭ ਮਿਲੇਗੇ ਬਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ਼ ਹੈ ਜੋ ਸ਼ਰਧਾ ਕਰ ਸੇਵ ਦੇ ਵਾਹਿਗੁਰੂ ਪਾਰ ਉਤਾਰਨ, ਖੰਡਾ ਜਾ ਕੇ ਹੱਥ ਮੈਂ ਸੋ ਹਮਰੀ ਰਚਿਆ ਕਰੇ ਗੁਰੂ ਕਲਗੀ ਧਰ, ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ, ਤੇ ਨਰ ਦੋਜਕ ਜਾਏਂਗੇ ਸਤ ਪਾਖੈ, ਤੇ ਨਰ ਦੋਜਕ ਜਾਏਂਗੇ ਸਤ ਪਾਖੈ ਰਵਿਦਾਸ ਬੋਲੇ। ਸੋ
ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਅੰਗਦ ਤੇ ਗੁਰੂ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਕਰ ਨਾਉ ਨਿਧਿ ਆਵੈ ਧਾਏ ਸਭ ਥਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਣਾ ਜੀ ਸਹਾਏ ਦਸੋਂ ਪਾਤਸ਼ਾਹੀਓ ਕੇ ਆਤਮਕ ਸਰੂਪ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਗੁਰੂ ਜੀ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਆਪ ਜੀ ਦਾ ਪਵਿੱਤਰ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਬਾਈ ਦੇਖ ਕੇ ਡਟ ਕੀਤਾ ਤੇਰਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਪੁੱਠੀਆਂ ਖੱਲਾਂ ਤਰਵਾਈਆਂ ਮੀਰ ਮਨੂ ਦੀ ਜੇਲ੍ਹ ਦੇ ਵਕਤ ਸਵਾ ਸਵਾ ਮਨ ਦਾ ਪੀਸਣਾ ਪੀਸਿਆ ਖੰਨੀ ਖੰਨੀ ਰੋਟੀ 'ਤੇ ਗੁਜ਼ਾਰਾ ਕੀਤਾ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ ਮੁੱਖੋਂ ਸੀਨੀ ਉਚਾਰੀ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਸਿੰਘਾਂ ਸਿੰਘਣੀਆਂ ਭਚੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੈ ਚਿੱਤਾ ਵਣਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਇਤ ਦੇਖ ਦੇਖ ਫਤਿਹ ਬਿਰਧ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ
ਦਾਤਾ ਜੀ ਬਖਸ਼ੋ ਜੀ ਆਪਣੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲਣਾ ਜੀ। ਦਾਤਾ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦੇ ਰਾਖੇ, ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਤਾਰ ਪਿਤਾ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਕਲਗੀਧਰ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀਓ, ਜੁਗੋ ਜੁਗ ਅਟਲ ਚੌਰ ਤਖਤ ਦੇ ਮਾਲਕ ਗੱਦੀ ਤੇ ਬਿਰਾਜਮਾਨ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ, ਆਪ ਜੀ ਦਾ ਕੋਟਨ ਕੋਟਾਨ ਧੰਨਵਾਦ ਹੈ, ਸ਼ੁਕਰਾਨਾ ਹੈ, ਆਪ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਆਗਮਨ ਪੁਰਬ ਨੂੰ ਮੁੱਖ ਰੱਖਦੇ ਹੋਏ ਅਤੇ ਖਾਲਸਾ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਦਾਤਾ ਜੀ ਤੀਸਰੇ ਨਗਰ ਕੀਰਤਨ ਆਪ ਜੀ ਦੀ ਸਰਪ੍ਰਸਤੀ ਹੇਠ ਆਰੰਭ ਕੀਤੇ ਜਾ ਰਹੇ ਨੇ। ਦਾਤਾ ਜੀ ਆਪ ਜੀ ਦੀਆਂ ਸੰਗਤਾਂ ਹਾਜ਼ਰ ਹਨ, ਆਪ ਜੀ ਦੇ ਸਿੰਘ ਹਾਜ਼ਰ ਹਨ, ਆਪ ਜੀ ਦੇ ਨਿਸ਼ਾਨਚੀ ਹਾਜ਼ਰ ਹਨ। ਦਾਤਾ ਜੀ ਆਪ ਜੀ ਕਰੋ ਕਿਰਪਾ, ਆਗਿਆ ਬਖਸ਼ਿਸ਼ ਕਰੋ ਤਾਂ ਕਿ ਨਗਰ ਕੀਰਤਨ ਦੀ ਆਰੰਭਤਾ ਕੀਤੀ ਜਾ ਸਕੇ। ਦਾਤਾ ਜੀ ਉਹ ਜੋ ਜੀ ਆਪ ਜੀ ਦੇ ਦਰ ਆਵੇ ਸੋ ਰਾਜੀ ਜਾਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਬੋਲੇ ਸੋ ਨਿਰਭੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਨਾਮ ਸਤਨਾਮ ਜੀ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਸਤਨਾਮ ਵਾਹਿਗੁਰੂ, 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 ਧੰਨ ਵਾਹਿਗੁਰੂ, ਵਾਹਿਗੁਰੂ 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 ਧੰਨ ਵਾਹਿਗੁਰੂ, ਮੈਂ ਜਨ ਤੇਰਾ, ਮੈਂ ਜਨ ਤੇਰਾ, ਮੈਂ ਜਨ ਤੇਰਾ, ਮੈਂ ਜਨ ਤੇਰਾ, ਜਨ ਤੇਰਾ, ਮੈਂ 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 ਜਨ ਤੇਰਾ।
ਤੇਰਾ ਮੋਹਿ ਨਾ ਵਿਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਵਿਸਾਰੋ ਜੀ ਮੈਂ ਜਨ ਤੇਰਾ ਮੈਂ ਜਨ ਤੇਰਾ ਓਏ ਜੋ ਆਵੇ ਆਸ ਕਰ ਓਏ ਜੋ ਆਵੇ ਆਸ ਕਰ ਮਿੱਠਤ ਨੀਵੀ ਨਾਨਕਾ ਮਿੱਠਤ ਨੀਵੀ ਨਾਨਕਾ ਮਿੱਠਤ ਨੀਵੀ ਨਾਨਕਾ ਗੁਰ ਚੰਗਿਆਈਆਂ ਤੱਤ ਗੁਰ ਚੰਗਿਆਈਆਂ ਤੱਤ ਨੀਵਿਆਂ ਰੁੱਖਾਂ ਨੂੰ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀ ਫਲ ਨੀਵਿਆਂ ਰੁੱਖਾਂ ਨੂੰ ਲੱਗਦੇ ਉੱਚਾ ਹੋ ਕੇ ਫਲ ਨੀਵਿਆਂ ਰੁੱਖਾਂ ਨੂੰ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀ ਸਗਲ ਪਵਨ ਕੇ ਨਾਇਕ ਇੱਕ ਛਿੰਨ ਦਰਸ਼ ਦਿਖਾਏ ਜੀ ਸਗਲ ਪਵਨ ਕੇ ਨਾਇਕਾ ਇੱਕ ਛਿੰਨ ਦਰਸ਼ ਦਿਖਾਏ ਜੀ ਸਗਲ ਪਵਨ ਕੇ ਨਾਇਕਾ ਇੱਕ ਛਿੰਨ ਦਰਸ਼ ਦਿਖਾਏ ਜੀ ਸਗਲ ਪਵਨ ਕੇ ਨਾਇਕਾ ਇੱਕ ਛਿੰਨ ਦਰਸ਼ ਦਿਖਾਏ ਜੀ ਸਗਲ ਪਵਨ ਕੇ ਨਾਇਕਾ ਇੱਕ ਛਿੰਨ ਦਰਸ਼ ਦਿਖਾਏ ਜੀ ਮਲਨ ਪਈ ਮਤ ਮਾਧਵਾ ਮਲਨ ਪਈ ਮਤ ਮਾਧਵਾ ਤੇਰੀ ਗੱਤ ਲੱਖੀ ਨਾ ਜਾਏ 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 ਕਰੋ ਕਿਰਪਾ ਭ੍ਰਮ ਚੁਕਈ ਕਰੋ ਕਿਰਪਾ ਭ੍ਰਮ ਚੁਕਈ ਕੋਈ ਨੀ ਕੋਈ ਨੀ ਚੱਲਣ ਦੇ ਵਿੱਚ ਸਾਰਿਆਂ ਦੇ ਹਾਰਨੇ ਨੇ ਤੇ ਮੂੰਹ ਕਰ ਲੈਣਾ ਇੱਥੋਂ ਚੜਿਆ ਪੀਲਣੀ ਮਾਈ ਨੂੰ ਏ
ਕਰੇ ਕਾਹੂ ਤੇ ਨਾ ਡਰੇ ਕਾਹੂ
ਮੇਰਾ ਗੋਬਿੰਦ ਨੀ ਜੈਊ ਚਿਕਰ ਮੇਰਾ ਗੋਬਿੰਦ ਨੀ ਜੈਊ ਚਿਕਰ ਮੇਰਾ ਗੋਬਿੰਦ ਨੀ ਜੈਊ ਚਕਰ ਮੇਰਾ ਗੋਬਿੰਦ ਨੀ ਜੈਊ ਚਕਰ ਨਾਮ ਦੇਵ ਕਾਵੀ ਲੋਚਨ ਨਾਮ ਦੇਵ ਕਾਵੀ ਲੋਚਨ ਸਦਨਾ ਸੈਨ ਕਰੇ ਸਦਨਾ ਸੈਨ ਕਰੇ ਸਦਨਾ ਸੈਨ ਕਰੇ ਕੌੜਿਆ ਤੁਮਿਆ ਕੌੜਿਆ ਕੌੜਿਆ ਤੁਮਿਆ ਕੌੜਿਆ ਤੁਮਿਆ
ਗੁਣ ਨਿਦਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਫਰਮਾਨ ਹੈ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਜੇ ਕਿਤੇ ਅਸੀਂ ਇਸ ਪੰਗਤੀ ਉੱਤੇ ਅਮਲ ਕਰ ਲਈਏ ਤੇ ਸੰਸਾਰ ਤੇ ਕੋਈ ਲੜਾਈ ਨਹੀਂ ਰਹੂਗੀ, ਸੰਸਾਰ ਤੇ ਕਦੀ ਅਸ਼ਾਂਤੀ ਨਹੀਂ ਆ ਸਕਦੀ, ਸਾਰੇ ਸ਼ਾਂਤੀ ਆ ਜਾਵੇਗੀ। ਪਰ ਸਾਡੀ ਇਹ ਬਦਕਿਸਮਤੀ ਆ ਵੀ ਜਿਹੜੀ ਸਾਨੂੰ ਬਾਣੀ ਸਾਡੇ ਗੁਰੂਆਂ ਨੇ ਰਹਿਬਰਾਂ ਨੇ ਦਿੱਤੀ ਆ, ਅਸੀਂ ਉੱਤੇ ਅਮਲ ਕਰਨਾ ਛੱਡ ਦਿੱਤਾ, ਅਸੀਂ ਉੱਤੇ ਅਮਲ ਹੀ ਨਹੀਂ ਕਰਦੇ। ਸੋ ਅੱਜ ਇਸ ਰਹਿਬਰ ਦਾ ਅਸੀਂ ਆਗਮਨ ਪੁਰਬ ਮਨਾ ਰਹੇ ਹਾਂ, ਉਹਨਾਂ ਦੀ ਸਿਫਤ ਕਲਗੀਧਰ ਪਾਤਸ਼ਾਹ ਨੇ ਲਿਖੀ ਹੈ ਪੋਥੀ ਪ੍ਰਬੋਧ ਗ੍ਰੰਥ ਅੰਦਰ ਕਿ ਜਦੋਂ ਕੋਈ ਬੰਦਾ ਸੱਚ ਬੋਲਦਾ ਹੀ ਨਹੀਂ ਸੀ, ਜਦੋਂ ਲੋਕੀ ਰਾਜਿਆਂ ਤੋਂ ਡਰਦੇ ਸੀ, ਜਦੋਂ ਰਾਜਾ ਰਾਖੀ ਕਰਨ ਦੀ ਥਾਂ ਪਰਜਾ ਤੇ ਜ਼ੁਲਮ ਕਮਾਉਂਦਾ ਹੈ, ਬੰਦਾ ਡਰਦਾ ਜ਼ੁਲਮਾਂ ਦੀ ਅੱਤ ਕੋਲੋਂ, ਸੱਚ ਬੋਲਣ ਤੋਂ ਸ਼ਰਮਾਉਂਦਾ ਹੈ, ਧਰਤੀ ਫਿਰ ਡੋਲੇ ਖਾਂਦੀ ਹੈ ਤੇ ਧਰਮ ਤੇ ਸੰਕਟ ਆਉਂਦਾ ਹੈ, ਫਿਰ ਨਿਰੰਕਾਰ ਅਵਤਾਰ ਧਾਰ ਦੁਨੀਆਂ ਤੇ ਫੇਰਾ ਪਾਉਂਦਾ ਹੈ। ਹਿੰਦੂਆਂ ਦਾ ਇੱਕ ਰਾਜਾ ਮਨੂ ਹੋਇਆ, ਉਹਨੇ ਸਾਨੂੰ ਇੰਨੇ ਟੁਕੜੇ ਕੀਤੇ ਆ ਕਿ ਸਾਨੂੰ ਸਾਰਿਆਂ ਨੇ ਕਾਸਟ ਵਿੱਚ ਵੰਡ ਕੇ ਉਹਨੇ ਸਾਰੇ ਭਾਰਤ ਤੇ ਕਬਜ਼ਾ ਕਰ ਲਿਆ। ਅਸੀਂ ਉਹਦਾ ਮਨੂ ਨੂੰ ਰੋਂਦੇ ਸੀ, ਪਰ ਹੁਣ ਜਿਹੜਾ ਮਨੂ ਬੈਠਾ ਉਹਦੇ ਨਾਲੋਂ ਵੀ ਖਤਰਨਾਕ ਹੈ। ਜਿਹੜਾ ਮਨੂ ਹੁਣ ਭਾਰਤ ਤੇ ਰਾਜ ਕਰਦਾ ਨਾ, ਉਹਦੇ ਨਾਲੋਂ ਵੀ ਖਤਰਨਾਕ ਹੈ, ਕਿਸੇ ਦੀ ਕੋਈ ਗੱਲ ਨਹੀਂ ਸੁਣਦਾ। ਉਦੋਂ ਅਸੀਂ ਕਹਿੰਦੇ ਵੀ ਕੰਨਾਂ ਵਿੱਚ ਸਿੱਕਾ ਢਾਲ ਕੇ ਪਾਇਆ ਜਾਂਦਾ ਸੀ ਰੱਬ ਦਾ ਨਾਂ ਸੁਣਨ ਵਾਲਿਆਂ ਵਿੱਚ, ਤੇ ਸੱਚ ਬੋਲਣ ਵਾਲਿਆਂ ਦੀ ਜ਼ਬਾਨ ਕੱਢ ਦਿੱਤੀ ਜਾਂਦੀ ਸੀ। ਅੱਜ ਫਿਰ ਉਹੀ ਹਾਲਾਤ ਨੇ। ਸਾਨੂੰ ਗੁਰਪੁਰਬ ਮਨਾਉਣ ਦੇ ਤਾਂ ਫਾਇਦੇ ਆ ਜੇਕਰ ਅਸੀਂ ਗੁਰੂਆਂ ਦੇ ਜੀਵਨ ਫਿਲਾਸਫੀ ਦੇ ਉੱਤੇ ਚੱਲ ਸਕੀਏ। ਲਓ ਆਓ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਕੰਛੀ ਸ਼ਹਿਰ ਵਿੱਚ ਜਿਵੇਂ ਜੈ ਜੈਕਾਰ ਹੋਈ ਆ, ਉਹ ਸਾਰਾ ਸੀਨ ਮੇਰੇ ਸਾਥੀ ਸਤਪਾਲ ਢਾਡੀ ਔਰ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਤੇ ਸੰਗੀ ਮਾਸਟਰ ਕਿਰਪਾਲ ਸਿੰਘ ਗੁਰਨਾਮ ਸਿੰਘ ਪੰਡਾਲ ਜੀ ਬਸ ਦੀ ਬਣਦਾ ਤੁਹਾਡੀ ਜਿੱਥਾ ਹੈ ਅਮਨ ਵਾਲਾ ਪੇਦੇ
ਹਰਦੇਵ ਸਿੰਘ ਬੀਸਲਾ ਤੇ ਬੀਬੀ ਬਖਸ਼ੋ ਬੀਸਲਾ ਉਹਨਾਂ ਦੇ ਵੀ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਕਿਉਂਕਿ ਉਹ ਹਰ ਸਾਲ ਇੱਥੇ ਨਗਰ ਕੀਰਤਨ ਨੂੰ ਚਾਹ ਪਾਣੀ ਦਾ ਲੰਗਰ ਕਰਾਉਂਦੇ ਨੇ। ਹੁਣ ਮੈਂ ਕਰਮ ਨੂੰ ਬੇਨਤੀ ਕਰੂੰਗਾ ਛੇਟੀ ਸਟੇਜ ਦੇ ਲਾਗੇ ਆ ਜਾਣ। ਸੋ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਰਮ ਸਿੰਘ ਜੀ ਬੈਂਸ ਜਿਹੜਾ ਸਿੱਟੇ ਦੀਆਂ ਜਿੰਨੀਆਂ ਜ਼ਿੰਮੇਵਾਰੀਆਂ ਹੁੰਦੇ ਨੇ ਉਹਨਾਂ ਨੇ ਨਿਭਾਉਂਦੇ ਆ, ਉਹ ਸਾਰੀਆਂ ਪਰਮਿਸ਼ਨਾਂ ਸਾਨੂੰ ਉਹ ਹੀ ਲੈ ਕੇ ਦਿੰਦੇ ਆ, ਸਾਡੇ ਲਈ ਤੇ ਬੜੇ ਔਖਾ। ਸੋ ਆਓ ਜੀ ਕਰਮ ਬੈਂਸ ਬੁਲੇ ਸੋ ਨਿਹਾਲ ਬੁਲੇ ਸੋ ਨਿਹਾਲ ਅਕਾਲ। ਬੁਲੇ ਸੋ ਨਿਹਾਲ ਅਕਾਲ। ਬੁਲੇ ਸੋ ਨਿਹਾਲ ਅਕਾਲ। ਸੋ ਹੁਣ ਆਪਾਂ ਇੱਥੋਂ ਕੁਝ ਸਰੋਪੇ ਦੇਣ ਵਾਲੇ ਨੇ, ਉਹਨਾਂ ਤੋਂ ਬਾਅਦ ਵਾਪਸ ਆਪਾਂ ਗੁਰੂ ਘਰ ਜਾ ਕੇ ਸਮਾਪਤੀ ਕਰਾਂਗੇ ਜੀ। ਸੋ ਪਹਿਲਾ ਸਰੋਪਾ ਪਿਆਰਾ ਸਿੰਘ ਜੀ ਪੰਡਾਲ, ਬੀਬੀ ਚਰਨ ਕੌਰ ਬੁਲੇ ਸੋ ਨਿਹਾਲ ਸਤ ਬੁਲੇ ਸੋ ਨਿਹਾਲ ਸਤ। ਪਰਮਜੀਤ ਕੌਰ ਕਾਲਕਾਟ ਜੀ ਬੁਲੇ ਸੋ ਨਿਹਾਲ ਸਤ ਬੁਲੇ ਸੋ ਨਿਹਾਲ ਸਤ ਸ੍ਰੀ ਅਕਾਲ। ਫਿਰ ਦੁਬਾਰਾ ਸਾਰੀਆਂ ਫੈਮਲੀਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਨਗਰ ਕੀਰਤਨ ਦੀ ਲੰਗਰਾਂ ਰਾਹੀਂ, ਚਾਹ ਰਾਹੀਂ, ਜਲੇਬੀਆਂ ਰਾਹੀਂ, ਗੋਲ ਗੱਪਿਆਂ ਰਾਹੀਂ ਸੇਵਾ ਕਰਦੀਆਂ ਜੀ, ਸਾਰਿਆਂ ਦੇ ਮਹਾਰਾਜ ਲੰਗਰ ਪ੍ਰਵਾਨ ਕਰਨ। ਤੇ ਆਓ ਹੁਣ ਆਪਾਂ ਅੱਗੇ ਚੱਲੇ ਪਾਈਏ ਜੀ। ਸਾਧੂਆਂ ਦੀ ਥੋੜੀ ਸਾਰੇ ਰੋਗਾਂ ਦੀ ਦਵਾ ਹੁੰਦੀ ਸਾ
ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਅਰਦਾਸ ਏਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਅੰਗਦ ਤੇ ਗੁਰੂ ਅਮਰਦਾਸ ਰਾਮਦਾਸਾ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਕਰਣਾ ਉਹਨੇ ਦਿਆ ਵੈ ਧਾਕੇ ਸਭ ਥਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਿੱਟਿਆਂ ਬਾਜਾਂ ਵਾਲੇ ਅੰਮ੍ਰਿਤ ਕੇ ਦਾਤੇ ਪੁੱਤਰਾਂ ਦੇ ਦਾਨੀ ਸਭ ਥਾਈ ਹੋਣਾ ਜੀ ਸਹਾਏ ਦਸਵੇਂ ਪਾਤਸ਼ਾਹੀਓ ਕੇ ਆਤਮਕ ਸਰੂਪ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਵਾਏ ਪੁੱਠੀਆਂ ਖੱਲਾਂ ਉਤਰਵਾਈਆਂ ਮੀਰ ਮਨੂ ਦੀ ਜੇਲ੍ਹ ਦੇ ਵਕਤ ਸਵਾ ਸਵਾ ਮਨ ਦਾ ਪੀਸਣਾ ਪੀਸਿਆ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾਏ ਮੁੱਖੋਂ ਸੀਰੀ ਵਿਚਾਰੀ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਤਿੰਨਾਂ ਸਿੰਘਾਂ ਸਿੰਘਣੀਆਂ ਭੁਚੰਗੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਬੁੰਗਿਆਂ ਨਿਸ਼ਾਨੋ ਜੀ ਕਾ ਧਿਆਨ ਧਰ ਕੇ ਬੋਲੋ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਇਤ ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਦਾਤਾ ਜੀ ਬਖਸ਼ੋ ਜੀ ਆਪਣੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲਣਾ ਜੀ
ਦਾਤਾ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀਓ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਕਲਗੀਧਰ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀਓ ਜੁਗੋ ਜੁਗੇ ਅਟਲ ਚੌਰ ਤਖਤ ਦੇ ਮਾਲਕ ਗੱਦੀ ਤੇ ਬਿਰਾਜਮਾਨ ਦਸੋਂ ਪਾਤਸ਼ਾਹ ਯੁਗ ਆਤਮਕ ਸਰੂਪ ਹਾਜ਼ਰਾ ਹਜ਼ੂਰ ਸਤਿਗੁਰੂ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦਾ ਕੋਟਨ ਕੋਟਾਨ ਧੰਨਵਾਦ ਹੈ ਸ਼ੁਕਰਾਨਾ ਹੈ ਆਪ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ ਦਾਤਾ ਜੀਓ ਆਪ ਜੀ ਦੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਆਗਮਨ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਤੀਸਰੇ ਨਗਰ ਕੀਰਤਨ ਜੋ ਆਪ ਜੀ ਤੋਂ ਆਗਿਆ ਲੈ ਕੇ ਸਜਾਏ ਗਏ ਸਨ ਆਪ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਆਪ ਜੀ ਨੇ ਵਿੱਚ ਖਲੋ ਕੇ ਸਾਰੇ ਕਾਰਜਾਂ ਨੂੰ ਨਿਰਵਿਘਨਤਾ ਸਹਿਤ ਸੰਪੂਰਨ ਕੀਤਾ ਹੈ ਦਾਤਾ ਜੀਓ ਆਪ ਜੀ ਨਗਰ ਦੀ ਪਰਿਕਰਮਾ ਕਰਦੇ ਹੋਏ ਸੰਗਤਾਂ ਪਰਿਕਰਮਾ ਕਰਦੀਆਂ ਹੋਈਆਂ ਗੁਰੂ ਘਰ ਵਿਖੇ ਨਿੱਜੀ ਸਥਾਨਾਂ ਵਿਖੇ ਪਹੁੰਚੀਆਂ ਨੇ ਆਪ ਜੀ ਦਾ ਕੋਟਨ ਕੋਟਾਨ ਧੰਨਵਾਦ ਹੈ ਸ਼ੁਕਰਾਨਾ ਹੈ ਦਾਤਾ ਜੀ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਲਾਉਣਾ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਦੇ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ ਸੁੱਖਾਂ ਦਾ ਪ੍ਰਵੇਸ਼ ਕਰਨਾ ਸਰੀਰਕ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਕਾਰੋਬਾਰਾਂ ਵਿੱਚ ਵਾਧੇ ਕਰਨੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਰਬੱਤ ਦਾ ਭਲਾ ਕਰਨਾ ਦਾਤਾ ਜੀਓ ਇਸੇ ਤਰ੍ਹਾਂ ਆਪ ਜੀ ਨੇ ਆਪਣੀਆਂ ਸੰਗਤਾਂ ਨੂੰ ਆਪਣੇ ਪਵਿੱਤਰ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਇਸ ਵੇਲੇ ਦਾਤਾ ਜੀ ਨਗਰ ਕੀਰਤਨ ਦੀਆਂ ਸਮਾਪਤੀਆਂ ਦੀ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਪ੍ਰਵਾਨ ਕਰਨੀ ਆਪ ਜੀ ਕਰੋ ਕਿਰਪਾ ਆਪਣੇ ਨਿੱਜੀ ਅਸਥਾਨਾਂ ਵੱਲ ਨੂੰ ਚਾਲੇ ਪਾ ਕੇ ਦਾਤਾ ਜੀ ਉਹ ਸੰਗਤਾਂ ਨੂੰ ਛੁੱਟੀਆਂ ਬਖਸ਼ਿਸ਼ ਕਰੋ ਜੀ ਸਹੀ ਪਿਆਰੇ ਮਿਲਣੇ ਜਿਨ੍ਹਾਂ ਦੇ ਮਿਲੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿ ਗੁਰੂ ਸਤਨਾਮ ਵਾਹਿ ਗੁਰੂ Oh,
ਚੌਥੇ ਮਹਾਨਗਰ ਕੀਰਤੀ ਦੀਆਂ ਚੌਥਾ ਵੀ ਹੋ ਗਿਆ।